ਮੈਂ ਚੰਨੀ ਤਕੁਲੀਆ ਪੋਟੇ ਬੋਲ ਪਏ ਦੇ ਅਗਲੇ ਐਪੀਸੋਡ ਲਈ ਅੱਜ ਤੁਹਾਡੀ ਮੁਲਾਕਾਤ ਹਰੀਸ਼ ਵਰਮਾ ਹੁਣਾਂ ਨਾਲ ਕਰਵਾਉਣ ਆ ਰਿਹਾ। ਹਰੀਸ਼ ਜੀ ਇੱਕ ਲੋਕਲ ਸਕੂਲ ਦੇ ਵਿੱਚ ਡਰਾਇੰਗ ਟੀਚਰ ਹਨ, ਫਾਈਨ ਆਰਟਸ ਹੈੱਡ ਹਨ। ਇਹ ਬਹੁਤ ਵੱਖਰੇ ਕਿਸਮ ਦੇ ਆਰਟਿਸਟ ਹੈਗੇ ਨੇ। ਇਹ ਕੈਲੀਗ੍ਰਾਫੀ ਕਰਦੇ ਨੇ, ਜਿਹੜੇ ਬਹੁਤ ਘੱਟ ਦੇਖਣ ਨੂੰ ਮਿਲਦਾ ਅੱਜ ਕੱਲ੍ਹ ਕੈਲੀਗ੍ਰਾਫਿਸਟ। ਹਰ ਪੇਂਟਿੰਗ ਦੇ ਵਿੱਚ ਕੈਲੀਗ੍ਰਾਫੀ ਦੀ ਖੁਸ਼ਬੂ ਛੱਡਦੇ ਨੇ। ਅਤੇ ਮੁਲਾਕਾਤ ਕਰਦੇ ਹਾਂ ਹਰੀਸ਼ ਵਰਮਾ ਜੀ ਦੇ ਨਾਲ। ਇਹ ਉਹਨਾਂ ਦੀ ਖੋ ਟੈਕਨੀਕ ਇਨਕੰਪਲੀਟ ਹੈ। ਦੀਵਾਰ 'ਤੇ ਸੀਮਟ ਨਾਲ ਕੰਮ, ਥ੍ਰੀ ਡਾਇਮੈਂਸ਼ਨਲ ਪੈਨਲ ਬਣਾਉਂਦੇ ਨੇ। ਹੋਰ ਅੱਗੇ ਚੱਲ ਕੇ ਦੇਖਦੇ ਹਾਂ। ਕੀ ਲਿਖਿਆ ਕੀ ਹੈ? ਉਰਦੂ ਸਕ੍ਰਿਪਟ ਹੈ, ਹੈ ਇੰਗਲਿਸ਼। ਅੱਛਾ, ਲਿਖਿਆ ਕੀ ਹੈਗਾ? ਇਹ ਹੈ ਜਿੱਦਾਂ ਵਾਈ, ਓਕੇ, ਵਾਈ ਏ ਯਾ ਅੱਲਾ, ਯਾ ਵਾਓ, ਯਾ ਅੱਲਾ, ਇਹ ਹਰੇ ਕ੍ਰਿਸ਼ਨ। ਅੱਛਾ, ਨਹੀਂ ਕੋਈ ਨਹੀਂ ਕਹਿ ਸਕਦਾ ਕਿ ਉਰਦੂ ਨਹੀਂ ਹੈ, ਇਹ ਹੈ ਇੰਗਲਿਸ਼ ਹੀ। ਮੈਨੂੰ ਯਾਦ ਹੈ ਤੁਸੀਂ ਮੇਰਾ ਨਾਂ ਚੰਨੀ ਲਿਖਿਆ, ਮੇਰੇ ਆਫਿਸ ਵਿੱਚ ਪਿਆ ਹੈਗਾ। ਹਾਂ, ਕੀ ਲਿਖਿਆ? Jesus, O-J-E-S-U-S. Wow, Jesus. Wonderful. Awesome. Very good. ਛੋਟਾ ਜਿਹਾ ਸਟੂਡੀਓ, ਬਹੁਤ ਸੁੰਦਰ ਜਗ੍ਹਾ ਆਪਣੇ ਕੰਮ ਕਰਨ ਲਈ ਥੋੜ੍ਹੀ ਜਿਹੀ ਬਣਾਈ। ਸ਼ਾਬਾਸ਼। ਸੋ ਪਹਿਲਾਂ ਤੁਹਾਡਾ ਕੈਲੀਗ੍ਰਾਫੀ ਤੋਂ ਹੀ ਸ਼ੁਰੂ ਕਰਦੇ, ਬਿਕੋਜ਼ ਜਿੱਥੋਂ ਮੈਂ ਨਿਕਲਿਆ ਆਇਆ ਕੈਲੀਗ੍ਰਾਫੀ ਹੀ ਦੇਖੀ ਹੈ। ਸੋ ਅਸੀਂ ਆਪਣਾ ਟਾਈਟਲ ਜਿਹੜਾ ਹੈ ਪੋਟੇ ਬੋਲ ਪਏ ਤੁਹਾਡੇ ਕੋਲੋਂ। ਠੀਕ ਹੈ ਜੀ, ਠੀਕ ਹੈ ਜੀ। ਦਰਸ਼ਕੋ, ਜਦ ਤੱਕਰ ਹਰੀਸ਼ ਹੁਣੀ ਟਾਈਟਲ ਬਣਾਉਂਦੇ ਨੇ ਪ੍ਰੋਗਰਾਮ ਦਾ, ਤਦ ਤੱਕਰ ਮੇਰਾ ਖਿਆਲ ਹੈ ਕਿ ਇਹਦੇ ਸਟੂਡੀਓਜ਼ ਦੇ ਵਿੱਚ ਜਿਹੜੀਆਂ ਪੇਂਟਿੰਗ, ਜਿਹਨਾਂ ਦੀਆਂ ਕਲਾਕ੍ਰਿਤੀਆਂ ਲੱਗੀਆਂ ਨੇ, ਥੋੜ੍ਹੀ ਚਾਤੁਰਾਂ 'ਤੇ ਪਾ ਲਈ ਹੈ। ਹਰੀਸ਼ ਜੀ ਜਿਹੜੀ ਕੈਨਵਸ 'ਤੇ ਵੀ ਪੇਂਟਿੰਗ ਕਰਦੇ ਨੇ, ਉਹ ਕਲਰ ਦੇ ਨਾਲ ਹੀ ਉਸਦਾ ਥ੍ਰੀ ਡਾਇਮੈਂਸ਼ਨਲ ਇਫੈਕਟ ਦੇਣ ਦੀ ਕੋਸ਼ਿਸ਼ ਹੁੰਦੀ ਹੈ। ਸੋ ਉਹਦੇ 'ਚ ਇਹ ਇੱਕ ਉਹ ਕਲਾਕ੍ਰਿਤੀ ਹੈ ਜਿਸਦੇ ਵਿੱਚ ਹਰ ਚੀਜ਼ ਨੂੰ ਉਹਨਾਂ ਨੇ ਬੜਾ ਵੱਖਰੇ ਕਿਸਮ ਦੇ ਨਾਲ ਉਭਾਰ ਕੇ ਰੱਖ ਦਿਆ। ਇਹ ਦੀਵਾਰ ਦੇ ਉੱਪਰ ਜਿਹੜੀ ਕੈਨਵਸ ਹੈ ਲੱਗੀ ਹੋਈ, ਇਹ ਕੰਪਲੀਟ ਹੈ ਇਸਦੀ ਪੇਂਟਿੰਗ। ਇਸਦੇ ਵਿੱਚ ਪਾਣੀ ਭਰਨ ਜਾਂਦੀਆਂ ਲੜਕੀਆਂ। ਇਨਫੈਕਟ ਹਰੀਸ਼ ਜੀ ਥੋੜ੍ਹੀ ਜਿਹੀ ਜਿਹੜਾ ਕੰਮ ਕਰਦੇ ਉਹਦੇ ਰਿਲੀਜਨ ਦਾ ਇਫੈਕਟ, ਉਹਦਾ ਖੁਸ਼ਬੂ ਆਉਂਦੀ ਹੈ। ਜਿਸ ਤਰ੍ਹਾਂ ਇਹਨਾਂ ਨੇ ਲੜਕੀਆਂ ਜਾ ਰਹੀਆਂ ਨੇ ਖੂਹ 'ਤੇ ਪਾਣੀ ਭਰਨ ਲਈ, ਮਗਰ ਉਹਦੀ ਜਿਹੜਾ ਚਿਹਰਾ ਸਿਰ ਦਾ ਹੈ ਉਹ ਸ਼ੰਖ ਬਣਾਇਆ ਹੈ। ਇਹਦੇ ਪਿੱਛੇ ਕੀ ਕੋਨਸੈਪਟ ਹੈਗਾ ਸੀਗਾ ਉਹ ਹਰੀਸ਼ ਜੀ ਦੇ ਕੋਲੋਂ ਅਸੀਂ ਪੁੱਛਾਂਗੇ। ਫਿਰ ਇਹ ਇਨਕੰਪਲੀਟ ਵਾਟਰ ਕਲਰ ਹੈ, ਬਿਕੋਜ਼ ਇਹ ਇਹਨਾਂ ਨੇ ਸ਼ਿਮਲਾ ਦਾ ਸਕੈਂਡਲ ਪੁਆਇੰਟ ਬਣਾਇਆ, ਜਿਹੜੀ ਸਭ ਤੋਂ ਖੂਬਸੂਰਤ ਚੀਜ਼ ਹੈ। ਭਾਰਤੀ ਕਰੈਕਟਰ ਆਇਆ ਜਿਸ ਦੇ ਵਿੱਚ ਪੋਲੀਥੀਨ ਦੀ ਸ਼ੀਟ ਨੂੰ ਲੈ ਕੇ ਬੰਦਾ ਬਾਰਿਸ਼ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ। ਬਿਜੜੇ ਦਾ ਆਲਣਾ ਹੈ,
ਬਣਾਇਆ, ਮਗਰ ਫਿਰ ਇਹਨੇ ਸ਼ੰਖ ਦਾ ਹੀ ਸ਼ੇਪ ਦਿੱਤੀ ਹੈ ਵਿੱਚੋਂ। ਸੋ ਇੱਕ ਹਰ ਚੀਜ਼ ਹੁੰਦੀ ਕਿ ਹਰ ਆਦਮੀ ਦਾ ਥੋੜ੍ਹਾ ਕੋਨਸੈਪਟ ਹੁੰਦਾ ਜਿੱਦਾਂ ਦੀ ਸੋਚਣੀ। ਕਹਿੰਦੇ ਨਾ ਕਿ ਜਿਹੋ ਜਿਹਾ ਖਾਓ ਅੰਨ ਉਹ ਜਿਹਾ ਹੋਏ ਮਨ। ਹਰੀਸ਼ ਜੀ ਬਹੁਤ ਸੋਫਟ ਨੇਚਰ ਦੇ, ਸੋਫਟ ਬੋਲਣ ਵਾਲੇ ਬੰਦੇ ਨੇ। ਡਰੈਸਅਪ ਬਹੁਤ ਸੁੰਦਰ ਹੈ ਇਹਨਾਂ ਦੀ, ਸਟਾਈਲ ਇਹਨਾਂ ਦਾ ਅੱਛਾ ਹੈ, ਬਾ ਅਦਬ ਰਹਿੰਦੇ ਨੇ। ਇਹ ਇਹਨਾਂ ਦੀ ਇੱਕ ਪੇਂਟਿੰਗ ਹੈ, ਇਸ ਤਰ੍ਹਾਂ ਦੀ ਟੈਕਨੀਕ 'ਚ ਟੈਂਪਰਾ ਪੋਸਟਰ ਕਲਰ ਨੂੰ ਜਿਸ ਨਾਲ ਪੇਂਟਿੰਗ ਕੀਤੀ ਜਾਂਦੀ ਹੈ, ਮਗਰ ਇਹਨਾਂ ਨੇ ਵਾਟਰ ਕਲਰ ਦੀ ਟ੍ਰੀਟਮੈਂਟ ਦੇ ਵਿੱਚ ਟੈਂਪਰਾ ਦਾ ਇਫੈਕਟ ਦਿੱਤਾ ਹੈਗਾ। ਨੈਕਸਟ ਜਿਹੜਾ ਦੱਸਿਆ ਹੈ, ਇਹਦੇ 'ਚ ਬਿਲਕੁਲ ਕਮਰਸ਼ਲ ਟੱਚ ਜਿਸਨੂੰ ਕਹਿ ਸਕਦੇ ਹਾਂ ਅਸੀਂ, ਯੂਰਪੀਅਨ ਟੱਚ ਕਹਿ ਸਕਦੇ ਹਾਂ ਇਹਨਾਂ ਦੀ ਪੇਂਟਿੰਗ ਦੇ ਵਿੱਚ, ਕਿਉਂਕਿ ਹਰ ਟੈਕਨੀਕ ਕਿਸੇ ਨਾ ਕਿਸੇ ਇਜ਼ਮ ਦੇ ਨਾਲ ਮਿਲੀ ਜੁੜੀ ਹੁੰਦੀ ਹੈ। ਅਤੇ ਹਰੀਸ਼ ਉਹਨਾਂ ਦਾ ਜਿਹੜਾ ਇੱਕ ਇਹਦਾ ਕੰਮ ਕਰਨ ਦਾ ਅੰਦਾਜ਼ ਹੈ, ਉਹ ਮੈਂ ਮਹਿਸੂਸ ਕਰਦਾ ਕਿ ਆਮ ਕਲਾਕਾਰਾਂ ਨਾਲੋਂ ਡਿਫਰੈਂਟ, ਬਹੁਤ ਡਿਫਰੈਂਟ ਨਹੀਂ ਪਰ ਡਿਫਰੈਂਟ ਹੈ। ਸਾਡਾ ਟਾਈਟਲ ਜਿਹੜਾ ਹੈਗਾ ਉਹ ਕੰਪਲੀਟ ਕਰ ਲਿੱਤਾ, ਅਤੇ ਅਸੀਂ ਦੇਖਦੇ ਹਾਂ ਪੋਟੇ ਬੋਲ ਪਏ। ਇਹਦੇ ਵਿੱਚ ਇਹਨਾਂ ਨੇ ਮੈਨੂੰ ਥੋੜ੍ਹਾ ਜਿਹਾ ਹੁਣ ਐਕਸਪਲੇਨ ਕਰੋ ਕਿ ਕਲਰਸ ਦੀ ਕੰਬੀਨੇਸ਼ਨ ਤੁਸੀਂ ਕਿਸ ਤਰ੍ਹਾਂ ਰੱਖਣ ਦੀ ਕੋਸ਼ਿਸ਼ ਕੀਤੀ। ਕਲਰਸ ਦੀ ਕੰਬੀਨੇਸ਼ਨ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਉੱਪਰਲੇ ਪਾਸੇ ਹਮੇਸ਼ਾ ਟੋਪ 'ਤੇ ਪੇਂਟਿੰਗ ਦੇ ਥੋੜ੍ਹੇ ਜਿਹੇ ਹਲਕੇ ਕਲਰ, ਆਪਾਂ ਬੇਸਿਕ ਅਗਰ ਕਰੀਏ ਤਾਂ, ਅਤੇ ਹਲਕੇ ਨੀਚਿਓਂ ਥੋੜ੍ਹੇ ਜਿਹੇ ਡਾਰਕ ਸ਼ੇਡ ਲਗਾ ਸਕਦੇ ਹਾਂ ਕਿਉਂਕਿ ਤਾਂ ਕਿ ਬੇਸ ਥੋੜ੍ਹਾ ਜਿਹਾ ਹੈਵੀ ਰਹੇ ਪੇਂਟਿੰਗ ਦਾ। ਅਤੇ ਬਾਕੀ ਬਲੈਕ ਕਲਰ ਨਾਲ ਲਿਖਿਆ ਸਿੱਧਾ ਫਲੈਟ। ਬਹੁਤ ਵਧੀਆ, ਇਹ ਹੋ ਗਈ ਸਾਡੀ ਤੁਹਾਡੀ ਸਰ। ਯੈਸ ਫਾਈਨ। ਹਰੀਸ਼ ਜੀ ਤੁਸੀਂ ਕੈਲੀਗ੍ਰਾਫੀ ਕਰਦੇ ਹੋ ਜੀ? ਜੀ। ਪੇਂਟਿੰਗ ਕੀਤੀਆਂ ਨੇ ਜੀ, ਵਾਟਰ ਕਲਰਸ ਕੀਤੇ ਨੇ ਜੀ, ਲੈਂਡਸਕੇਪਸ ਕੀਤੇ ਨੇ ਹਾਂਜੀ। ਇਹਨਾਂ ਤੋਂ ਇਲਾਵਾ ਹੋਰ? ਇਹਨਾਂ ਤੋਂ ਇਲਾਵਾ ਟੈਕਸਚਰ ਪੇਂਟਿੰਗ ਤੁਸੀਂ ਦੇਖਿਆ ਜਿੱਦਾਂ ਮਿਊਰਲ, ਸੀਮੈਂਟਡ ਮਿਊਰਲ ਤੁਸੀਂ ਸ਼ਾਇਦ ਜਦੋਂ ਬਾਹਰ ਆਏ ਦੇਖਿਆ ਹੋਣਾ, ਇਹ ਹਾਲੇ ਇਨਕੰਪਲੀਟ ਹੈ ਸਾਰਾ ਕੰਮ ਹੀ। ਅਤੇ ਇਸੇ ਤਰ੍ਹਾਂ ਦੇ ਸੀਮੈਂਟ ਨਾਲ ਮਿਊਰਲਸ ਵਗੈਰਾ ਔਰ ਪੀ ਓ ਪੀ ਨਾਲ ਮਿਊਰਲ ਇਹ ਵੀ ਮੈਂ ਕਰਨਾ। ਤੀਆਂ 'ਤੇ ਮੇਲਾ ਕੀਤਾ ਸੀ ਕੋਈ 4 ਸਾਲ ਪਹਿਲੇ ਅਸੀਂ, ਤਾਂ ਹਰੀਸ਼ ਜੀ ਨੇ ਉਹਦੀ ਬੈਕਡ੍ਰੋਪ ਤਿਆਰ ਕੀਤੀ ਸੀ। ਮੈਨੂੰ ਯਾਦ ਹੈ ਕਿ ਜਿਸ ਟਾਈਮ 'ਤੇ ਇਹ ਸਕਾਈ ਪੇਂਟ ਕਰ ਰਹੇ ਸੀਗੇ, ਬੱਦਲ ਪੇਂਟ ਕਰ ਰਹੇ ਸੀਗੇ ਕਿਉਂਕਿ ਕਲਾਊਡ ਦਿਖਾਉਣੇ ਸੀਗੇ, ਤਾਂ ਵਿਲ ਯੂ ਬਲੀਵ ਇਟ ਕਿ ਇਹਨਾਂ ਨੇ ਕਿਤੇ ਕੀਤਾ ਸੀਗਾ, ਇੱਕ ਬਾਟੇ 'ਚ ਰੰਗ ਪਏ, ਦੋਨੇ ਤਰ੍ਹਾਂ ਦਾ ਸ਼ੇਡ ਬਲੂ ਦੇ ਕਰ ਲਿੱਤਾ, ਗ੍ਰੀਨ ਦਾ ਕਰ ਲਿੱਤਾ ਸੀਗਾ। ਪੋਲਿਸ਼, ਸ਼ੂ ਪੋਲਿਸ਼ ਕਰਨ ਵਾਸਤੇ ਜਿਹੜਾ ਬ੍ਰੱਸ਼ ਇਸਤੇਮਾਲ ਕਰਦੇ ਹਾਂ ਨਾ ਅਸੀਂ, ਉਹ ਲੰਬਾ ਜ਼ਿਆਦਾ ਵਾਲਾਂ ਨਾਲ, ਇਹਨਾਂ ਨੇ ਉਸਦੇ ਨਾਲ ਉਹ ਇਫੈਕਟ ਦਿੱਤਾ ਸੀਗਾ ਕਲਾਊਡਸ ਦਾ। ਸੋ ਮੈਂ ਥੋੜ੍ਹੀ ਦੇਰ ਪਹਿਲੇ ਜ਼ਿਕਰ ਕੀਤਾ ਸੀਗਾ ਵੀ ਹਰੀਸ਼ ਜੀ ਕੰਮ ਆਰਟਿਸਟ ਹੀ ਹੈਗੇ ਨੇ, ਕੰਮ ਇਹਨਾਂ ਦਾ ਆਰਟਿਸਟਿਕ ਹੀ ਹੈ, ਮਗਰ ਟੈਕਨੀਕਸ ਇਹਨਾਂ ਦੀਆਂ ਡਿਫਰੈਂਟ ਹੈਗੀਆਂ ਨੇ। ਤੋ ਹੁਣ ਅਸੀਂ ਇਹ ਪਹਿਲਾ ਜਿਹੜਾ ਗ੍ਰਾਫਿਕ ਬਣਾਇਆ ਇਹਨਾਂ ਨੇ, ਸਾਡੇ ਟਾਈਟਲ ਬਣਾਇਆ ਪੋਟੇ ਬੋਲ ਪਏ, ਉਹ ਇਹਨਾਂ ਨੇ ਪੰਜਾਬੀ 'ਚ ਲਿਖਿਆ। ਇਹ ਹੁਣੇ ਵੀ ਦੱਸ ਰਹੇ ਸੀ ਪਹਿਲੇ ਕਿ ਸਕ੍ਰਿਪਟ ਲੈਂਗੁਏਜ ਪੰਜਾਬੀ ਜਾਂ ਹਿੰਦੀ ਹੈ, ਮਗਰ ਜਿਹੜੀ ਸਕ੍ਰਿਪਟ ਦੀ ਬਨਾਵਟ ਹੈ ਉਹ ਉਰਦੂ 'ਚ ਅੰਗਰੇਜ਼ੀ ਦੱਸਦੇ ਨੇ। ਇਹ ਸਰ ਉਰਦੂ ਸਕ੍ਰਿਪਟ, ਉਰਦੂ ਔਰ ਇੰਗਲਿਸ਼, ਇੰਗਲਿਸ਼ ਦੇ ਵਿੱਚ ਲਿਖਿਆ। ਇਹ ਪੜ੍ਹਨਾ ਤੁਸੀਂ ਹੈ ਕਿ ਇੱਕ ਹੀ ਲਿਖਿਆ? ਇਹਨੂੰ ਥੋੜ੍ਹਾ ਜਿਹਾ ਡੈਕੋਰੇਟ ਕਰਾਂਗੇ ਆਪਾਂ।
ਚੰਨੀ ਸੀ ਸੀ ਐਚ ਡਬਲ ਐਨ ਏ ਡਬਲ ਐਨ ਆਈ ਚੰਨੀ। ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਫਾਈਨ ਆਰਟਸ ਵਿੱਚ ਗਵਰਨਮੈਂਟ ਕਾਲਜ ਲੁਧਿਆਣਾ ਲੁਧਿਆਣਾ। ਉਸ ਤੋਂ ਬਾਅਦ ਤੁਹਾਡਾ ਪੜ੍ਹਾਈ ਦਾ ਸਫ਼ਰ ਡਿਪਲੋਮਾ ਦੱਸੋਗੇ ਮੈਨੂੰ? ਡਿਪਲੋਮਾ ਕੈਲੀਗ੍ਰਾਫੀ, ਡਿਪਲੋਮਾ ਇਨ ਕੈਲੀਗ੍ਰਾਫੀ, ਕੈਲੀਗ੍ਰਾਫੀ ਡਿਪਲੋਮਾ ਇਨ ਕਮਰਸ਼ੀਅਲ ਆਰਟ, ਕਮਰਸ਼ੀਅਲ ਆਰਟ। ਔਰ ਇਸੇ ਕਰਕੇ ਮੇਰੇ ਸਾਰੇ ਕੰਮ 'ਚ ਥੋੜ੍ਹਾ ਜਿਹਾ ਕਮਰਸ਼ੀਅਲ ਟੱਚ ਹੈ। ਟੱਚ ਹੈ, ਠੀਕ ਹੈ। ਹਰੀ ਜੀ, ਵੈਸੇ ਤਾਂ ਇੱਕ ਰੂਟੀਨ 'ਚ ਪੁੱਛਿਆ ਜਾਂਦਾ ਵੀ ਤੁਸੀਂ ਪੇਂਟਿੰਗ ਕਦੋਂ ਸ਼ੁਰੂ ਕੀਤੀ, ਡਰਾਇੰਗ ਕਦੋਂ ਸ਼ੁਰੂ ਕੀਤੀ? ਜ਼ਰੂਰ ਬਚਪਨ ਦਾ ਸ਼ੌਕ ਹੈ ਕਿ ਇਹ ਜਿਹੜੀ ਪ੍ਰੋਫੈਸ਼ਨ ਹੈ ਹੁਣ ਤਾਂ, ਇਹ ਜਿਹੜੀ ਕਲਾ ਹੈ, ਇਹ ਜਿਹੜੀ ਫੀਲਿੰਗ ਹੈ, ਕਿ ਪਰਿਵਾਰ 'ਚੋਂ ਤੁਹਾਡੇ ਕੋਲ ਆਈ ਜਾਂ ਦੋਸਤਾਂ ਦੇ ਵਿੱਚੋਂ ਜਾਂ ਕਿਸ ਨੇ? ਜੀ, ਪਹਿਲਾਂ ਪਰਿਵਾਰ 'ਚੋਂ ਹੀ ਆਈ। ਮੇਰੇ ਫਾਦਰ ਬੜੇ ਅੱਛੇ ਕਮਰਸ਼ੀਅਲ ਆਰਟਿਸਟ ਹੁੰਦੇ ਸੀ। ਸਾਡੀ ਕਮਰਸ਼ੀਅਲ ਆਰਟ ਦੀ ਦੁਕਾਨ ਲੁਧਿਆਣੇ, ਇੱਕ ਆਫਿਸ ਉਹਨਾਂ ਦਾ ਹੁੰਦਾ ਸੀ, ਦੁਕਾਨ ਕਹਿ ਲਓ ਜਾਂ ਆਫਿਸ ਕਹਿ ਲਓ। ਉਹ ਸਾਈਨ ਬੋਰਡਸ ਵਗੈਰਾ ਐਕਸੈਟਰਾ ਐਕਸੈਟਰਾ, ਇਹ ਕੰਮ ਸਾਡੇ ਫਾਦਰ ਹੁਣੀ ਕਰਦੇ। ਉਹਨਾਂ ਤੋਂ ਹੀ, ਉਹਨਾਂ ਨੂੰ ਦੇਖ ਕੇ ਹੀ ਮੈਂ ਕਰਨਾ ਸ਼ੁਰੂ ਕੀਤਾ। ਤਕਰੀਬਨ ਜਦੋਂ ਮੈਂ 14-15 ਸਾਲ ਦਾ ਸੀ, 8th ਕਲਾਸ 'ਚ ਪੜ੍ਹਦਾ ਸੀ, ਉਦੋਂ ਤੋਂ ਕਰਨਾ ਸ਼ੁਰੂ ਕੀਤਾ। ਫਿਰ ਉਹਨਾਂ ਤੋਂ ਇੰਸਪਾਇਰ ਹੋ ਕੇ ਫਿਰ ਇਹਨੂੰ ਬਾਕਾਇਦਾ ਸਿੱਖਣਾ ਵੀ ਸ਼ੁਰੂ ਕੀਤਾ। ਫਿਰ ਮੈਨੂੰ ਕਾਲਜ ਤੋਂ ਬਾਅਦ ਔਰ ਇਹ ਕਰਨ ਤੋਂ ਬਾਅਦ, ਸਾਰਾ ਕੈਲੀਗ੍ਰਾਫੀ ਕਰਨ ਤੋਂ ਬਾਅਦ, ਫਿਰ ਆਪਣੇ ਕਿਸੇ ਦੋਸਤ ਕੋਲ ਫਾਦਰ ਨੇ ਭੇਜਿਆ ਮੈਨੂੰ ਸਿੱਖਣ ਲਈ, ਪ੍ਰੋਪਰ ਕੈਲੀਗ੍ਰਾਫੀ ਸਿੱਖਣ ਲਈ, ਜਿਹੜਾ ਜਿਹਨੂੰ ਕ੍ਰੀਏਟਿਵ ਕੈਲੀਗ੍ਰਾਫੀ ਕਹਿੰਦੇ। ਕੈਲੀਗ੍ਰਾਫੀ ਦਾ ਜਿਹੜਾ ਤੁਸੀਂ ਕੀਤਾ ਹੈ ਕੋਰਸ, ਕਿਹੜੀ ਜਗ੍ਹਾ ਤੋਂ ਕੀਤਾ ਸੀ? ਇਹ ਦਿੱਲੀ ਤੋਂ ਹੀ, ਦਿੱਲੀ ਕੈਲੀਗ੍ਰਾਫੀ ਦੇ। ਹਾਂਜੀ ਹਾਂਜੀ ਹਾਂਜੀ, ਕੈਲੀਗ੍ਰਾਫੀ ਇੰਸਟੀਚਿਊਟ ਕਹਿ ਲਓ ਜਾਂ ਕੋਈ ਪ੍ਰਾਈਵੇਟ ਹੀ ਇੱਕ ਸੱਜਣ ਕਰਾਉਂਦੇ ਸੀਗੇ, ਸੰਸਥਾ ਪ੍ਰਾਈਵੇਟ ਪ੍ਰਾਈਵੇਟ ਹੀ। ਅੱਛਾ, ਉਹਨਾਂ ਤੋਂ ਹੀ ਸਿੱਖਿਆ। ਫਿਰ ਉਸਤਾਦਾਂ ਕੋਲ ਜਿਹੜਾ ਸਿੱਖਿਆ ਨਾ, ਜੋ ਕਾਲਜਸ ਦੇ ਵਿੱਚ ਸਿੱਖਿਆ, ਉਹ ਸਾਰਿਆਂ ਨੂੰ ਪਤਾ ਕਿ ਫੈਕਲਟੀ ਉਹ ਵੀ ਮਤਲਬ ਉੱਥੇ ਤੱਕ ਸੀਮਿਤ ਹੀ ਹੁੰਦਾ, ਇੱਕ ਜਿੰਨੀ ਕੁ ਆਪਣੀ ਨੌਲੇਜ ਹੈ, ਜਿੰਨੀ ਕੁ ਆਪਣੀ ਨੌਲੇਜ ਹੈ। ਪਰ ਜਿਹੜੇ ਗੁਰੂਆਂ ਤੋਂ ਸਿੱਖਿਆ ਜਾਂਦਾ ਨਾ, ਜਦੋਂ ਬਾਹਰ ਨਿਕਲ ਕੇ ਜੋ ਪ੍ਰੋਫੈਸ਼ਨਲ ਉਹ ਸਿਖਾਉਂਦੇ ਆ, ਉਹਦਾ ਕੋਈ ਜਵਾਬ ਨਹੀਂ ਹੈ, ਕਿਉਂਕਿ ਉਹ ਫੀਸ ਨਹੀਂ ਲੈਂਦੇ, ਉਹ ਬਿਨਾਂ ਫੀਸ ਦੇ ਸੇਵਾ ਨਾਲ ਹੀ ਸਿੱਖਿਆ ਜਾਂਦਾ। ਸੋ ਕੈਲੀਗ੍ਰਾਫੀ ਤੁਸੀਂ ਕਿਸੇ ਉਸਤਾਦ ਕੋਲੋਂ ਸਿੱਖੀ, ਪਾਪਾ ਦੇ ਦੋਸਤ ਦੇ ਸੀ? ਉਸ ਤੋਂ ਬਾਅਦ ਜਿਹੜਾ ਤੁਸੀਂ ਕਮਰਸ਼ੀਅਲ ਆਰਟਸ ਡਿਪਲੋਮਾ ਕੀਤਾ, ਉਹ ਪਹਿਲੇ ਕਰ ਲਿਆ। ਅੱਛਾ, ਪਹਿਲੇ ਕਰ ਲਿਆ, ਉਸ ਤੋਂ ਬਾਅਦ ਸੀਗਾ, ਉਹ ਦਿੱਲੀ ਤੋਂ ਹੀ। ਉਹ ਵੀ ਦਿੱਲੀ ਸੀਗਾ? ਹਾਂਜੀ ਹਾਂਜੀ। ਦਿੱਲੀ ਛੋਟੇ ਇੰਸਟੀਚਿਊਟਸ, ਵੱਡੇ? ਹਾਂ, ਛੋਟੇ ਛੋਟੇ ਇੰਸਟੀਚਿਊਟਸ ਤੋਂ। ਅੱਛਾ ਅੱਛਾ ਅੱਛਾ। ਸੋ ਇਹ ਗੱਲ ਹੈਗੀ ਹੈ ਕਿਹੜੇ ਸਮੇਂ ਦੀ? ਇਹ ਤਕਰੀਬਨ 84-85 ਅੱਛਾ ਦੇ ਆਸ ਪਾਸ। ਅਤੇ ਜਲੰਧਰ ਤੁਹਾਡਾ ਵਾਪਸੀ? ਜਲੰਧਰ ਨਹੀਂ, ਪਹਿਲਾਂ ਅਸੀਂ ਲੁਧਿਆਣੇ ਹੁੰਦੇ ਸੀਗੇ। ਲੁਧਿਆਣੇ ਹੀ ਦੁਕਾਨ ਹੁੰਦੀ ਸੀ, ਘਰ ਵੀ ਉੱਥੇ। ਫਿਰ ਕੁਛ ਕਮਰਸ਼ੀਅਲ ਕੰਮ 'ਚ ਥੋੜ੍ਹਾ ਜਿਹਾ ਸਲੰਪ ਆਇਆ ਅਤੇ ਜਲੰਧਰ ਆ ਗਏ। ਜਲੰਧਰ ਆਏ ਤਾਂ ਸਰਵਿਸਿਜ਼ ਹੋ ਗਈਆਂ, ਅਤੇ ਫਿਰ ਆਪਣੇ ਜਿਹੜੇ ਸੀਨੀਅਰ ਆਰਟਿਸਟ ਇੱਥੇ ਨੇ, ਅਸ਼ਨੀ ਵਰਮਾ ਜੀ, ਉਹਨਾਂ ਦੀ ਸੋਹਬਤ 'ਚ ਫਿਰ ਪੇਂਟਿੰਗਸ ਦਾ ਲਗਾਵ ਲੱਗਿਆ ਕਿ ਪੇਂਟਿੰਗ ਵੀ ਕਰਨੀ ਹੈ, ਇਹ ਕੰਮ ਵੀ ਹੈਗਾ। ਅਤੇ ਫਿਰ ਉਹਨਾਂ ਨੂੰ ਦੇਖ ਕੇ ਜਾਂ ਉਹਨਾਂ ਤੋਂ ਹੀ ਸਿੱਖ ਕੇ ਕਹਿ ਲਓ, ਜਾਂ ਉਹਨਾਂ ਦੀ ਸੋਹਬਤ 'ਚ ਕਹਿ ਲਓ, ਕਿ ਫਿਰ ਇਹਨੂੰ ਕਰਨਾ ਸ਼ੁਰੂ। ਤੁਸੀਂ ਜੌਬ ਕਿੱਥੇ ਕਰਦੇ ਹੋ ਅੱਜ ਕੱਲ੍ਹ? ਮੈਂ ਪੁਲਿਸ ਡੀਏਵੀ ਸਕੂਲ 'ਚ। ਉੱਥੇ ਤੁਹਾਡਾ ਕੀ? ਮੈਂ ਕੈਲੀਗ੍ਰਾਫੀ ਟੀਚਰ ਹੀ ਹਾਂ। ਕੈਲੀਗ੍ਰਾਫੀ ਟੀਚਰ? ਜੀ ਜੀ। ਯਾਨੀ ਕਿ ਉੱਥੇ ਉਹਨਾਂ ਨੇ ਇੱਕ ਸਬਜੈਕਟ ਵੱਖਰਾ ਹੀ ਕਰਤਾ ਕੈਲੀਗ੍ਰਾਫੀ ਦਾ? ਹਾਂਜੀ, ਸਬਜੈਕਟ ਹੀ। ਹਾਂਜੀ 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 ਹਾਂਜੀ। ਐਕਚੁਅਲੀ ਮੈਂ ਪੰਜਾਬ ਪੁਲਿਸ ਵੱਲੋਂ ਪੁਲਿਸ ਡੀਏਵੀ ਸਕੂਲ ਨਾਲ ਜੁੜਿਆ ਹੋਇਆ। ਪੰਜਾਬ ਪੁਲਿਸ ਨਾਲ ਤੁਹਾਡਾ ਵਾਸਤਾ ਕਿੱਦਾਂ ਸੀ? ਹਾਂ, ਪੰਜਾਬ ਪੁਲਿਸ 'ਚ ਮੇਰੀ ਸਰਵਿਸ ਹੀ ਪੰਜਾਬ ਪੁਲਿਸ 'ਚ ਹੋਈ ਪਹਿਲਾਂ। ਉਹਨਾਂ ਨੇ ਮੈਨੂੰ ਪੰਜਾਬ ਪੁਲਿਸ 'ਚ ਲੈ ਕੇ, ਪੁਲਿਸ ਦਾ ਹੀ ਇੱਕ ਸਕੂਲ ਹੈ, ਉਹਦੇ ਨਾਲ ਮੈਨੂੰ ਅਟੈਚ ਕਰ ਦਿੱਤਾ। ਫਿਰ ਫੀਤੀਆਂ ਇੱਥੇ ਸੀਗੀਆਂ?
ਫੀਤੀਆਂ ਤਾਂ ਜੀ ਜੋ ਜੋ ਤੁਸੀਂ ਲਗਾ ਦੇਣੀ ਹੈ ਨਾ, ਸਾਡੇ ਦੋਸਤੋ ਜੋ ਸੱਜਣ ਪ੍ਰੇਮੀ ਨੇ ਉਹਨਾਂ ਨੇ ਲਗਾਉਣੀ ਆ, ਉਹ ਹੀ ਫੀਤੀਆਂ। ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਵੀ ਹਰੀਸ਼ ਜੀ ਵੀ ਸਾਡੇ ਵਿਰਸਾ ਵਿਹਾਰ ਆਰਟ ਗੈਲਰੀ ਦੇ ਉਹ 30 ਆਰਟਿਸਟ ਦੇ ਰਜਿਸਟਰਡ ਬਾਡੀ ਦੇ ਵਿੱਚੋਂ ਇੱਕ ਸੱਜਣ ਹੈਗੇ ਨੇ। ਹਰੀਸ਼ ਜੀ ਬ੍ਰਸ਼ ਨਾਲ ਤੁਸੀਂ ਕਰਦੇ ਹੋ ਕੰਮ, ਜੀ 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 ਤੋ ਕੋਈ ਕਲਮ ਵਗੈਰਾ ਦੇ ਨਾਲ ਵੀ ਕੰਮ ਕੀਤਾ ਹੋਣਾ ਤੁਸੀਂ? ਹਾਂਜੀ, ਕਲਮ ਕਿਉਂਕਿ ਨਾਲ ਜਦੋਂ ਵੀ ਸ਼ੁਰੂਆਤ ਸਿੱਖਦੇ ਕਰਦੇ ਰਹੇ ਹਾਂ। ਇਹਦੇ ਹੁੰਦੀ ਹੈ ਹਾਂਜੀ, ਤਾਂ ਜੀ ਹੋਰ ਸਿੱਖਦੇ ਤੁਸੀਂ ਇਹਦੇ 'ਚ ਆਪਣੀ ਕੋਈ ਨਵੀਂ ਟੈਕਨੀਕ ਇਸਤੇਮਾਲ ਕੀਤੀ ਜਿਹੜੀ ਤੁਸੀਂ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੋਗੇ? ਕਲਰਸ ਨੂੰ ਇਸਤੇਮਾਲ ਕਰਨ ਦਾ ਤਰੀਕਾ, ਕੈਲੀਗ੍ਰਾਫੀ 'ਚ ਅਗਰ ਫਟਾਫਟ ਕੋਈ ਕੰਮ ਕਰਨਾ ਤਾਂ ਫਟਾਫਟ ਅਸੀਂ ਕਿਸ ਤਰ੍ਹਾਂ ਉਹਨੂੰ ਡੈਕੋਰੇਟ ਕਰ ਸਕਦੇ ਹਾਂ ਕੰਮ ਨੂੰ। ਮੰਨ ਲਓ ਆਪਾਂ ਇੱਥੇ ਇੱਕ ਇੱਕ ਜਗ੍ਹਾ ਲਿਖਦੇ ਹਾਂ, ਆਪਾਂ ਇਹ ਲਿਖਿਆ ਇੱਕ ਓਂਕਾਰ ਲਿਖਿਆ ਹੈ ਜੀ। ਇਸ ਵੇਲੇ ਮੇਰੇ ਕੋਲ ਬੜਾ ਅੱਛਾ ਪੇਪਰ ਅਵੇਲੇਬਲ ਨਹੀਂ ਹੈ, ਇਹ ਕਿਉਂਕਿ ਇਹ ਜਿਹੜੀਆਂ ਟੈਕਨੀਕਸ ਆ ਬੜੇ ਅੱਛੇ ਪੇਪਰ ਦੀਆਂ ਟੈਕਨੀਕਸ ਹੈਗੀਆਂ ਸਾਰੀਆਂ ਨਾ, ਤਾਂ ਕਿ ਉਹ ਪੇਪਰ ਖਰਾਬ ਨਾ ਹੋਵੇ। ਲੇਕਿਨ ਜਿੰਨਾ ਵੀ ਹੈ ਮੈਂ ਤੁਹਾਨੂੰ ਜ਼ਰੂਰ ਦੱਸੂੰਗਾ। ਹਰ ਆਰਟਿਸਟ ਨੇ ਆਪਣਾ ਕੋਈ ਤਰੀਕਾ ਇਜਾਦ ਕੀਤਾ ਹੁੰਦਾ ਉਹਦੀ ਆਪਣੀ ਖੂਬਸੂਰਤੀ ਵਧਾਉਣ ਦੇ ਲਈ ਪੇਂਟਿੰਗ ਦੀ। ਸੋ ਇਹ ਹੁਣ ਨਵੀਂ ਟੈਕਨੀਕ ਜਿਹੜੀ ਹਰੀਸ਼, ਮੈਂ ਵੈਸੇ ਆਮ ਤੌਰ 'ਤੇ ਇਸ ਤਰ੍ਹਾਂ ਦੀ ਪੇਂਟਿੰਗ ਕਰਦੇ ਲੋਕਾਂ ਨੂੰ ਨਹੀਂ ਦੇਖਿਆ, ਆਰਟਿਸਟਾਂ ਨੂੰ, ਦੇਖਦੇ ਹਾਂ ਕੀ ਪ੍ਰੋਡਿਊਸ ਕਰ ਸਕਦੇ ਨੇ। ਓਕੇ, ਇਹ ਤੁਸੀਂ ਪਹਿਲੇ ਇਹਨੂੰ ਪੂਰਾ ਵੈਟ ਕਰ ਲਿੱਤਾ? ਵੈਟ ਕਰ ਲਿਆ, ਫਿਰ ਥੋੜ੍ਹਾ ਜਿਹਾ ਡੈਕੋਰੇਟ ਕੀਤਾ, ਕਲਰ ਲਗਾਏ, ਅਤੇ ਫਿਰ ਥੋੜ੍ਹਾ ਜਿਹਾ ਇਹਨੂੰ ਫਿਰ ਪਾਣੀ ਨਾਲ ਥੋੜ੍ਹਾ ਜਿਹਾ ਨਾ ਗਿੱਲਾ ਕਰ ਲਿਆ, ਗਿੱਲਾ ਕਰ ਲਿਆ, ਇਹ ਫਿਰ ਆਪਣੇ ਆਪ ਹੀ ਕਲਰ ਸਪਰੈਡ ਕਰਦਾ ਨਾ। ਅਤੇ ਅਗਰ ਚਾਹੋ ਇਹਦੇ 'ਚ ਇੱਕ ਦੋ ਕਲਰ ਹੋਰ ਤੁਸੀਂ ਐਡ ਕਰ ਸਕਦੇ, ਜਿਵੇਂ ਅਗਰ ਯੈਲੋ ਐਡ ਕਰਨਾ, ਯੈਲੋ ਅੰਦਰਲੇ ਪਾਸੇ ਐਡ ਕਰ ਲਓ। ਕੁਇਕ ਡਿਸੀਜਨ ਨੂੰ ਜੋ ਕੁਛ ਵੀ ਤੁਸੀਂ ਕਰਦੇ ਹੋ ਬਹੁਤ ਤੇਜ਼ੀ ਨਾਲ ਡਿਸੀਜਨ ਲੈਂਦੇ ਹੋ ਤੁਸੀਂ, ਬਿਕੋਜ਼ ਤੁਹਾਡੇ ਕਲਰ ਜਿਹੜੇ ਨੇ ਉਹ ਛੇਤੀ ਸੁੱਕ ਜਾਂਦੇ ਨੇ ਪੇਪਰ ਇੱਕ 'ਤੇ, ਪਲੱਸ ਜਿਹੜੇ ਜਿੰਨਾ ਜ਼ਿਆਦਾ ਲਿਕੁਇਡ ਹੁੰਦਾ ਉਹਨਾਂ ਜ਼ਿਆਦਾ ਜਲਦੀ ਸੁੱਕਦਾ। ਹਾਂਜੀ ਹਾਂਜੀ, ਇੱਕ ਟੈਕਨੀਕ ਹੋਰ, ਛੋਟੀ ਛੋਟੀਆਂ ਇੱਕ ਦੋ ਟੈਕਨੀਕਸ ਤੁਹਾਨੂੰ ਮੈਂ ਦੱਸਦਾ। ਹਾਂਜੀ, ਦਰਸ਼ਕੋ ਜੋ ਤੁਸੀਂ ਦੇਖ ਰਹੇ ਹੋ ਹਰੀਸ਼ ਜੀ ਡਰਾਇੰਗਸ ਕਰ ਰਹੇ ਨੇ, ਜੋ ਇੱਕੋ ਕਾਰ ਲਿਖਿਆ ਜਾਂ ਓਮ ਲਿਖ ਰਹੇ ਨੇ ਜਾਂ ਉਸ ਤੋਂ ਪਹਿਲੇ ਜਿਹੜੇ ਮੇਰਾ ਨਾਂ ਲਿਖਿਆ ਪੋਟੇ ਬੋਲ ਪੇ ਲਿਖੇ ਨੇ, ਇਹਦੇ ਵਿੱਚ ਇਹ ਹੈਗਾ ਵੀ ਇਹਦੇ 'ਚ ਕੌਨਫੀਡੈਂਸ ਕਿੰਨਾ ਇਹਨਾਂ ਦੇ ਹੱਥ 'ਚ, ਫਲੋ ਕਿੰਨਾ, ਇਹ ਫਲੋ ਤਦੇ ਬੰਦਾ ਜਿਸ ਵੇਲੇ ਬੰਦੇ ਨੇ ਮਿਹਨਤ ਕੀਤੀ ਤੇ। ਸੋ ਇਹ ਵੀ ਜਿਹੜੀ ਚੀਜ਼ ਹੈਗੀ ਇਹਨਾਂ ਨੇ ਆਪਣੇ ਇਜਾਦ ਕੀਤੀ ਹੈ, ਟੈਕਨੀਕ ਹੈਗਾ ਐਕਸਪ੍ਰੈਸ਼ਨ ਦੇਣ ਵਾਸਤੇ। ਇਹ ਇਹ
ਇਹ ਟੈਕਨੀਕਸ ਇਸ ਕਰਕੇ ਲਾਈਆਂ ਜਾਂਦੀਆਂ ਕਿ ਕਈ ਵਾਰ ਆਪਣੇ ਕੋਲ ਬ੍ਰਸ਼ ਨਹੀਂ ਹੈ, ਬ੍ਰਸ਼ ਨਹੀਂ ਹੈ ਤੇ ਜਿਹੜੀ ਚੀਜ਼ ਮਿਲ ਗਈ ਉਹਦੇ ਨਾਲ ਹੀ ਪੇਂਟਿੰਗ ਤਿਆਰ ਹੋ ਸਕਦੀ ਹੈ, ਨਾਲੇ ਫਰੀਡਮ ਦੇ ਨਾਲ ਜਿਹੜਾ ਕੰਮ ਹੁੰਦਾ ਉਹ ਫਰੀਡਮ ਦੇ ਨਾਲ, ਔਰ ਬੱਚੇ ਬੜਾ ਇੰਜੋਏ ਕਰਦੇ ਇਸ ਚੀਜ਼ ਨੂੰ। ਹਾਂ, ਇਹ ਬੱਚਿਆਂ ਦੇ ਵਾਸਤੇ ਬਹੁਤ ਖੂਬਸੂਰਤ ਚੀਜ਼ ਹੈ ਜੀ, ਬੱਚੇ ਬਹੁਤ ਇੰਜੋਏ ਕਰਦੇ ਇਹਨਾਂ ਚੀਜ਼ਾਂ ਨੂੰ। ਬਹੁਤ ਵਧੀਆ, ਬਹੁਤ ਵਧੀਆ। ਹੁਣ ਹਰੀਸ਼ ਜੀ, ਮੈਂ ਇਹ ਚਾਹਾਂਗਾ ਵੀ ਤੁਸੀਂ ਆਪਣੇ ਆਪਣੀ ਪੇਂਟਿੰਗਸ ਬਾਰੇ ਕੁਛ ਸਾਨੂੰ ਜ਼ਰਾ ਵਿਸਥਾਰ ਨਾਲ ਦੱਸੋ, ਜਿਹੜੀਆਂ ਤੁਸੀਂ ਕੀਤੀਆਂ, ਤੁਸੀਂ ਸਟੈਪ ਬਾਈ ਸਟੈਪ ਕਿੱਥੋਂ ਸ਼ੁਰੂ ਹੋਏ, ਕਿਸ ਤਰ੍ਹਾਂ ਹੋਏ? ਸਭ ਤੋਂ ਪਹਿਲਾਂ ਐਗਜੀਬਿਸ਼ਨ 'ਚ ਮੇਰੀ ਅਗਰ ਕੋਈ ਪੇਂਟਿੰਗ ਗਈ ਤਾਂ ਆਹ ਵਾਲੀ ਪੇਂਟਿੰਗ ਸਭ ਤੋਂ ਪਹਿਲਾਂ, ਇਸ ਤਰ੍ਹਾਂ ਇਹ ਓਇਲ ਪੇਸਟਲ ਕਲਰ ਇਸਤੇਮਾਲ ਕੀਤੇ, ਇਹ ਕਲਰ ਲਾਉਣ ਤੋਂ ਬਾਅਦ ਇਹਨੂੰ ਥੋੜ੍ਹਾ ਸਕਰੈਚ ਕੀਤਾ, ਇਫੈਕਟ ਦੇਣ ਦੇ ਲਈ, ਇਫੈਕਟ ਦੇਣ ਲਈ ਲਾਈਟਸ ਔਰ ਹਾਈਲਾਈਟ ਵਾਸਤੇ ਇਹਨੂੰ ਸਕਰੈਚ ਕਰਕੇ ਬਣਾਇਆ, ਸਿੱਧਾ ਕਲਰ ਨਹੀਂ ਲਗਾਇਆ, ਉਹਨੂੰ ਸਕਰੈਚ ਕਰਕੇ ਉਹਨੂੰ ਹਾਈਲਾਈਟ ਕੀਤਾ। ਤੁਹਾਡੀ ਤੁਹਾਡੇ ਲੇਟੈਸਟ ਕਿਹੜੀ ਟੈਕਨੀਕ ਹੈ? ਲੇਟੈਸਟ ਇਹੀ ਟੈਕਨੀਕ ਹੈ ਜੀ, ਲੈਂਡਸਕੇਪ ਨੂੰ ਟੈਕਸਚਰ ਦੇ ਨਾਲ ਕਰਨਾ, ਟੈਕਸਚਰ ਲਗਾ ਕੇ ਅਗਰ ਇਹਨੂੰ ਆਪਾਂ ਗੈਸੋ ਇਹ ਸਾਰਾ ਮਿਕਸ ਕਰਕੇ ਇਹਦਾ ਟੈਕਸਚਰ, ਅਲੱਗ ਅਲੱਗ ਚੀਜ਼ ਦਾ ਅਲੱਗ ਅਲੱਗ ਟੈਕਸਚਰ ਹੈ, ਥ੍ਰੀ ਡਾਇਮੈਂਸ਼ਨਲ ਰਿਲੀਫ, ਥ੍ਰੀ ਡਾਇਮੈਂਸ਼ਨਲ ਰਿਲੀਫ। ਤੁਸੀਂ ਇਹਨੂੰ, ਮੈਨੂੰ ਹੁਣ ਦੇਖਿਆ ਵੀ ਵੱਖਰੇ ਵੱਖਰੇ ਫੇਸਿਸ ਆ ਗਏ ਨੇ ਵਿੱਚ, ਹਾਂਜੀ, ਖੱਬੇ ਪਾਸੇ ਪੇਂਟਿੰਗ ਦੇ, ਇਹ ਸਾਰੀ ਪੇਂਟਿੰਗ ਦਾ ਕੀ ਥੀਮ ਕੀ ਤੁਸੀਂ ਪੇਂਟ ਕੀਤਾ? ਇਹ ਥੀਮ ਜਿੱਥੇ ਵੀ ਮੈਂ ਜਿਸ ਜਿਸ ਪੇਂਟਿੰਗ 'ਚ ਚੱਕਰ ਬਣਾਇਆ ਨਾ, ਹਾਂਜੀ, ਚੱਕਰ ਦਾ ਮਤਲਬ ਹੈ ਕਾਲ ਚੱਕਰ, ਓਕੇ, ਜਾਂ ਸਮੇਂ ਚੱਕਰ ਕਹਿ ਲਓ, ਜਾਂ ਇਹਨੂੰ ਸ੍ਰਿਸ਼ਟੀ ਚੱਕਰ ਕਹਿ ਲਓ, ਹੈ ਨਾ, ਇਹ ਇਹਨੂੰ ਇਹਨੂੰ ਇਸ ਚੱਕਰ ਦੇ ਵਿੱਚੋਂ ਹਰ ਬੰਦੇ ਨੂੰ ਨਿਕਲਣਾ ਹੀ ਪੈਂਦਾ ਹੈ। ਜਦੋਂ ਆਪਾਂ ਗ੍ਰੰਥਾਂ ਦੀ ਸਟੱਡੀ ਕਰੀਏ ਤਾਂ ਉਹ ਹਰ ਗ੍ਰੰਥ 'ਚ ਇਹੀ ਲਿਖਿਆ ਕਿ ਤੁਹਾਨੂੰ ਇਹ ਜਿਹੜਾ ਚੱਕਰ ਹੈ ਨਾ, ਜਿਹੜਾ ਸ੍ਰਿਸ਼ਟੀ ਚੱਕਰ, ਇਹ 'ਚੋਂ ਬਾਹਰ ਹੋ ਕੇ ਸ਼ਬਦ ਵੱਲ ਨੂੰ ਜਾਣਾ ਪਏਗਾ, ਔਰ ਜਿੱਥੇ ਜਿੱਥੇ ਭਗਵਾਨ ਦੇ ਹੱਥ 'ਚ ਜਾਂ ਕਿਸੇ ਦੇ ਹੱਥ 'ਚ ਸ਼ੰਖ ਦਿਖਾਇਆ, ਸ਼ੰਖ ਆਗਿਆ ਨੂੰ ਡਿਪਿਕਟ ਕਰਦਾ, ਆਗਿਆ ਨੂੰ ਡਿਪਿਕਟ ਕਰਦਾ, ਸ੍ਰਿਸ਼ਟੀ ਚੱਕਰ ਨੂੰ ਛੱਡ ਕੇ ਆਗਿਆ ਵੱਲ ਨੂੰ ਜਾ ਰਿਹਾ ਕੋਈ ਇਨਸਾਨ, ਸ਼ਬਦ ਵੱਲ ਨੂੰ ਜਾ ਰਿਹਾ, ਅਤੇ ਇਹ ਇਹ ਪੇਂਟਿੰਗ ਜਿਹੜੀ ਹੈ ਇਹ ਜਿਉਂ ਗਾਗਰ ਪਨਿਹਾਰ ਇਹਦਾ ਟਾਈਟਲ ਹੈ, ਕਿਉਂਕਿ ਮੈਂ ਕੈਲੀਗ੍ਰਾਫਰ ਹਾਂ ਅਤੇ ਟਾਈਟਲ ਵੀ ਜ਼ਰੂਰ ਮੈਂ ਐਡ ਕਰਦਾ ਹਰ ਪੇਂਟਿੰਗ 'ਚ, ਉਹਨੂੰ ਕੈਲੀਗ੍ਰਾਫੀ ਵਿੱਚ ਆ ਜਾਏ ਇਸ ਕਰਕੇ ਕਿ ਉਹਨਾਂ ਨੂੰ ਮੈਂ ਜੁੜਿਆ ਜੁੜ ਗਿਆ। ਇਸੇ ਤਰ੍ਹਾਂ ਇਹ ਪੇਂਟਿੰਗ ਦੇ ਵਿੱਚ ਹੀ ਹੈ ਜਿਉਂ ਗਾਗਰ ਪਨਿਹਾਰ, ਕਿ ਉਹ ਸ਼ੰਖ ਰੂਪੀ ਹੋਈ ਪਈ ਹੈ ਜਿਹੜੀ ਲੇਡੀ ਜਾ ਰਹੀ ਹੈ, ਇਹ ਲੈ ਕੇ ਕੜਾ ਪਾਣੀ ਦਾ ਇੱਧਰ ਵੀ ਚੱਕਿਆ, ਇੱਧਰ ਬੱਚਾ ਵੀ ਚੱਕਿਆ, ਨਾਲ ਸਖੀਆਂ ਨਾਲ ਵੀ ਜਾ ਰਹੀ ਹੈ, ਆਸ ਪਾਸ ਗੱਲਬਾਤ ਵੀ ਚੱਲ ਰਹੀ ਹੈ, ਔਰ ਉਹ ਸ਼ੰਖ ਨਾਲ ਜੁੜੀ ਹੋਈ ਹੈ, ਔਰ ਉਹ ਗਾਗਰ ਦੇ ਵਿੱਚੋਂ ਇੱਕ ਬੂੰਦ ਪਾਣੀ ਦੀ ਗਿਰਨ ਨਹੀਂ ਦਿੰਦੀ, ਹੈ ਨਾ, ਇਹ ਕਹਿੰਦੇ ਸੁਮਰਨ ਕੀ ਸੁਧ ਜਿਉਂ ਕਰ ਜਿਉਂ ਗਾਗਰ ਪਨਿਹਾਰ, ਹਾਲੇ ਡੋਲੇ। ਇਹ ਤੁਸੀਂ ਇਹ ਜਿਹੜੀ ਥੋੜਾ ਬਣਾਈਆਂ ਨੇ ਕੈਕਟਸ, ਇਹ ਇਹ ਸ੍ਰਿਸ਼ਟੀ ਚੱਕਰ ਹੈ, ਸਾਰਾ ਸੰਸਾਰ ਹੈ, ਇਹ ਸਾਰਾ ਹੀ ਕੈਕਟਸ ਕੰਡਿਆਂ ਨਾਲ ਭਰਿਆ ਹੋਇਆ, ਉਹ ਇਹਦੀ ਪਰਵਾਹ ਕੀਤੇ ਬਿਨਾਂ ਹੀ ਉਹ ਸਾਰੇ ਜਣੇ ਚੱਲੇ ਜਾ ਰਹੇ ਆ ਪਨਿਹਾਰ, ਅਤੇ ਔਰ ਇਹ ਇਹ ਸਾਰਾ ਸਮਾਜ ਆ ਜਿਹੜਾ ਕਿ ਉਹਨੂੰ ਦੇਖ ਰਿਹਾ ਕਿ ਹਾਂ ਇਹ ਸਾਨੂੰ ਛੱਡ ਕੇ ਗਿਆ ਇਹ ਬੰਦਾ। ਇਹ ਕਲਚਰ ਦੀ ਗੱਲ ਹੈ, ਮੇਰਾ ਖਿਆਲ ਹੈ ਕਿ ਬਿਗਲਰਸ ਜਿਹੜੇ ਅਸੀਂ ਯੂਰੋਪੀਅਨ ਕਲਚਰ ਦੇ ਵੀ ਦੇਖਦੇ ਹਾਂ, ਉਹ ਬਿਗਲਰ ਜਿਹੜਾ ਵੱਜਦਾ ਹੈ, ਵਿਕਟਰੀ ਦਾ ਬਿਗਲ ਵੱਖਰਾ ਹੈ, ਤਾਂ ਉਸੇ ਢੰਗ ਦੇ ਨਾਲ ਜਿਸ ਵੇਲੇ ਅਸੀਂ ਕਿਸੇ ਦੀ ਫੌਤ 'ਤੇ ਜਾਂਦੇ ਹਾਂ, ਕਿਸੇ ਦੇ ਲਾਸਟ ਰਾਈਸ 'ਤੇ ਜਾਂਦੇ ਹਾਂ, ਉਹ ਬਿਗਲਰਸ ਦੀ ਟੋਨ ਜਿਹੜੀ ਹੈ ਉਹ ਵੱਖਰੀ ਹੁੰਦੀ ਹੈ ਜੀ। ਸੋ ਸਾਰੀ ਦੁਨੀਆ ਦੇ ਸਾਰੀ ਸ੍ਰਿਸ਼ਟੀ ਦੇ ਵਿੱਚ ਸਿਸਟਮਸ
ਇੱਕੋ ਦੂਜੇ ਨਾਲ ਮੇਲ ਖਾਂਦੇ ਨੇ, ਮਗਰ ਉਹਨਾਂ ਦੀ ਸ਼ਕਲਾਂ ਅਲੱਗ ਅਲੱਗ ਹਨ, ਬਿਗਲ ਅਤੇ ਸ਼ੰਖ ਜੀ। ਸੋ ਇਹ ਸਾਡਾ ਰਿਲੀਜੀਅਸ ਸਿੰਬਲ ਵੀ ਹੈ, ਉਹ ਟ੍ਰੈਡੀਸ਼ਨਲ ਅਤੇ ਉਹ ਸੈਰੀਮੋਨੀ 'ਚ। ਫਿਰ ਉਹੀ ਥ੍ਰੀ ਡਾਇਮੈਂਸ਼ਨਲ ਇਫੈਕਟ ਵਾਲੀ ਫੋਟੋਗ੍ਰਾਫ, ਪੇਂਟਿੰਗ, ਰਿਤੂ ਚੱਕਰ, ਬਿਲਕੁਲ ਜੀਵਨ ਚੱਕਰ, ਜੀਵਨ ਚੱਕਰ ਕਹਿ ਲਓ, ਮ੍ਰਿਤ ਚੱਕਰ ਕਹਿ ਲਓ, ਸਮੇਂ ਚੱਕਰ ਕਹਿ ਲਓ, ਸ਼ੰਖ ਹੈ ਔਰ ਇੱਕ ਸਾਧੂ ਹੈ, ਜੀਵਨ ਜਾ ਰਿਹਾ, ਜੀਵਨ ਜਾ ਰਿਹਾ। ਇਹ ਪੇਂਟਿੰਗ ਦਾ ਨਾਮ ਜਿਸ ਤਰ੍ਹਾਂ ਹੈ ਤਮਸ ਪ੍ਰਕਾਸ਼ਨ ਪ੍ਰਤੀ, ਕਿ ਅੰਧਕਾਰ ਸੇ ਪ੍ਰਕਾਸ਼ ਕੀ ਹੋ, ਵਾਹ, ਕਿ ਕੋਈ ਸਾਧੂ ਅੰਧਕਾਰ ਮਤਲਬ ਸੰਸਾਰ ਚੱਕਰ ਨੂੰ ਛੱਡ ਕੇ ਪ੍ਰਕਾਸ਼ ਵੱਲ ਨੂੰ, ਸ਼ਬਦ ਵੱਲ ਨੂੰ ਜਾ ਰਿਹਾ ਹੈ। ਔਰ ਇਹ ਫੁੱਟਪ੍ਰਿੰਟਸ ਆ ਉਹਦੇ, ਇਹ ਮਤਲਬ ਬਾਕੀ ਕਲਰ ਕੰਪੋਜੀਸ਼ਨ, ਅੰਧਕਾਰ ਤੋਂ ਰੋਸ਼ਨੀ ਵੱਲ ਜਾਣਾ, ਰੋਸ਼ਨੀ ਵੱਲ, ਉਹ ਪੂਰਾ ਕੰਸੈਪਟ ਜਿਹੜਾ ਹੈਗਾ ਹੈ ਜੀ, ਵਿਜ਼ੂਅਲ ਕੰਸੈਪਟ ਤੁਸੀਂ ਕ੍ਰੀਏਟ ਕਰਦੇ ਹੋ ਜੀ, ਇਹਦੇ ਤਾਂ ਬਿਲਕੁਲ ਜਸਟ ਸਪੋਟਡ ਹੈ, ਬਿਲਕੁਲ ਸਾਡੇ ਜਿਹੜਾ ਨਜ਼ਦੀਕ ਨਜ਼ਦੀਕ ਜਿਹੜਾ ਕੋਰਨਰ ਬਾਹਰ ਵਾਲੇ, ਇਹ ਨਜ਼ਦੀਕ ਆ ਜਾਂਦੇ ਨਾ, ਔਰ ਇਹ ਡੈਫਥ ਆ ਗਈ ਦੂਰ, ਔਰ ਇਹ ਜਿਹੜੇ ਨਜ਼ਦੀਕ ਕੋਰਨਰ ਹੈ ਇਹ ਇੱਥੇ ਅਸੀਂ ਹਾਂ, ਔਰ ਉਹ ਪ੍ਰਕਾਸ਼ ਮੇਰੇ ਕਹਿੰਦੇ ਮਤਲਬ ਜਿਹੜੀ ਡਿਸਟੈਂਸ ਹੈਗਾ, ਪਰਸਪੈਕਟਿਵ ਹੈਗਾ ਜੀ, ਵਿਜ਼ੂਅਲ ਡਿਫਰ ਹੈਗਾ, ਅਤੇ ਲਾਈਟ ਵੱਲ, ਉਧਰੋਂ ਲਾਈਟ ਟਰੈਵਲ ਕਰ ਰਹੀ ਹੈ, ਉਧਰੋਂ ਅਸੀਂ ਟਰੈਵਲ ਕਰ ਰਹੇ ਹਾਂ। ਸੋ ਮੇਰੇ ਕਹਿੰਦੇ ਜਿਹੜੀ ਇਹ ਇੱਕ ਗੁਫਾ ਹੈ ਜ਼ਿੰਦਗੀ ਦੀ ਜੀ, ਬਿਲਕੁਲ ਬਿਲਕੁਲ, ਟਰੈਵਲ ਕਰਦੇ ਸੀ। ਇਹ ਇਹ ਪੇਂਟਿੰਗ ਹੈ, ਇਹ ਜਿੱਦਾਂ ਵਿਰਸਾ ਵਿਹਾਰ 'ਚ ਵੀ ਇਹ ਲੱਗ ਚੁੱਕੀ ਹੈ ਪੇਂਟਿੰਗ, ਇਹਦਾ ਨਾਮ ਹੈ ਨਾਨਕ ਨਾਮ ਜਹਾਜ ਹੈ, ਜਿਸ ਤਰ੍ਹਾਂ ਇਹ ਉਹ ਗ੍ਰੰਥਾਂ ਔਰ ਦੋਹਿਆਂ 'ਚੋਂ ਲੈ ਕੇ ਦਿੰਦੇ ਪੇਂਟਿੰਗ। ਉਸੇ ਤਰ੍ਹਾਂ ਜਿੱਦਾਂ ਆਪਾਂ ਪਿੱਛੇ ਜ਼ਿਕਰ ਕੀਤਾ ਕਿ ਸ਼ੰਖ ਇਜ਼ ਇਕੁਅਲ ਟੂ ਮੇਰੇ ਵਾਸਤੇ ਸ਼ਬਦ ਹੈ, ਆਗਿਆ, ਉਸ ਪਰਮਾਤਮਾ ਦੀ ਆਗਿਆ, ਕਿਆ ਬਾਤ, ਜਿਹੜਾ ਬੰਦਾ ਉਸ ਆਗਿਆ 'ਚ ਸਵਾਰ ਹੈ, ਸ਼ਬਦ 'ਚ ਸਵਾਰ ਹੈ, ਉਹੀ ਉਹੀ ਇਸ ਸੰਸਾਰ ਚੱਕਰ 'ਚੋਂ ਪਾਰ ਹੁੰਦਾ ਹੈ। ਅੱਗੇ ਇਸੇ ਤਰ੍ਹਾਂ ਹੀ ਇਸੇ ਪੇਂਟਿੰਗ ਨੂੰ ਜ਼ੂਮ ਕੀਤਾ ਉਸ ਪੇਂਟਿੰਗ 'ਚ, ਕਿ ਉਸ ਜਹਾਜ਼ ਦੇ ਉੱਤੇ ਇੱਕ ਪੰਛੀ ਬੈਠਾ ਹੈ, ਦੇਖਿਆ ਉਹ ਇੱਕ ਪੰਛੀ ਬੈਠਾ ਹੈ, ਉਹਦੇ 'ਤੇ ਜ਼ੂਮ ਕੀਤਾ ਕਿ ਜਿਹੜਾ ਉਹ ਨਾਨਕ ਨਾਮ ਜਹਾਜ਼ ਹੈ ਉਹ ਪੇਂਟਿੰਗ, ਪਰ ਜਿਹੜਾ ਪੰਛੀ ਉੱਪਰ ਬੈਠਾ ਨਾ, ਹੈ ਨਾ, ਉਹ ਉਹ ਅਗਰ ਉੱਡ ਵੀ ਜਾਂਦਾ ਹੈ, ਜਹਾਜ਼ ਦਾ ਪੰਛੀ ਅਗਰ ਉੱਡ ਜਾਏ ਅਤੇ ਉਹ ਜਾ ਨਹੀਂ ਸਕਦਾ ਕਿਤੇ ਉੱਡ ਕੇ, ਫਿਰ ਉੱਥੇ ਹੀ ਜਿਹੜਾ ਉਸ ਉਸ ਜਹਾਜ਼ ਤੋਂ ਪੰਛੀ ਉੱਡ ਜਾਏ ਉਹ ਵਾਪਸ ਉਸੇ ਜਹਾਜ਼ 'ਤੇ ਆਉਂਦਾ ਹੈ। ਇਹ ਵੀ ਲੈਂਡਸਕੇਪ, ਇਹ ਲੈਂਡਸਕੇਪ ਵਾਟਰ ਕਲਰ, ਵਾਟਰ ਕਲਰ ਦੇ 'ਚ ਇਹ ਵਾਟਰ ਕਲਰ ਹੈ, ਇਹ ਮੈਂਗਰੂਵਾਲ ਅਗੇਨ ਖੱਡ ਹੈ ਜਿਹੜੀ ਜੋ ਉਹਦੇ 'ਚ ਹੀ ਬਣਾਏ ਗਏ ਆ ਸਾਰੇ। ਅਸੀਂ ਆਰਟਿਸਟ ਜਾਂਦੇ ਹਾਂ ਉੱਥੇ ਕਈ ਵਾਰ ਅਤੇ ਉਹ ਪੇਂਟ ਕਰੀਦਾ, ਕੁਝ ਜਿਹੜੇ ਅੱਛੀ ਕੰਪੋਜੀਸ਼ਨ ਲੱਗਦੀਆਂ ਉਹ ਪੇਂਟ ਕਰ ਲਈ ਦੀ। ਇਹ ਵੀ ਉਸੇ ਟੈਕਨੀਕ 'ਚ ਬਣਾਏ, ਉਸੇ ਟੈਕਨੀਕ 'ਚ ਬਿਊਟੀਫੁਲ, ਇਹ ਤੁਹਾਡਾ ਹੈਗਾ ਅੰਦਾਜ਼ਾ ਕਰ ਸਕਦਾ ਕਿ ਜ਼ਿਆਦਾ ਨਹੀਂ ਤਾਂ ਤਿੰਨ ਤਿੰਨ ਚਾਰ ਚਾਰ ਸੈਂਟੀਮੀਟਰ ਦੀ ਡੈਪਥ ਵੀ ਕਈ ਥਾਂ 'ਤੇ ਤੁਸੀਂ ਦਿੱਤੀ ਹੈਗੀ, ਮਿਲੀਮੀਟਰ ਸੀ, ਨੋਟ ਸੈਂਟੀਮੀਟਰ ਸੀ, ਮਿਲੀਮੀਟਰ ਸੀ, ਐਂਡ ਉਹਨਾਂ ਨੂੰ ਜਿਹੜਾ ਤੁਸੀਂ ਇਹਦੀ ਗੁਲਾਈ ਦਿੱਤੀ ਹੈ ਉਹ ਕਲਰਸ ਨੇ ਕੰਮ ਪੂਰਾ ਕਰ ਦਿੱਤਾ। ਹਾਂਜੀ ਹਾਂਜੀ, ਵੋਲਿਊਮ ਤਾਂ ਹਰ ਪੇਂਟਿੰਗ 'ਚ, ਥ੍ਰੀ ਡਿਮੈਂਸ਼ਨ ਪੇਂਟਿੰਗ 'ਚ ਵੋਲਿਊਮ ਤਾਂ ਕ੍ਰੀਏਟ ਕਰਨਾ ਹੀ ਪਏਗਾ ਆਪਾਂ ਨੂੰ, ਉਹ ਕੁਛ ਟੈਕਸਚਰ ਨਾਲ ਕਰੀਦਾ, ਕੁਛ ਕਲਰਸ ਨਾਲ ਕਰੀਦਾ। ਅਤੇ ਇਹ ਤੁਹਾਡਾ ਕੀ ਲਿਖਿਆ ਗਿਆ, ਇਹ ਵੀ ਇੱਕ ਦੋਹਾ ਹੀ ਹੈ, ਦੁੱਖ ਮੇਂ ਸਿਮਰਨ ਸਭ ਕਰੇ, ਸਭ ਕਰੇ, ਵਾਹ, ਕਿ ਜਦੋਂ ਬੱਚਾ ਮਾਂ ਦੇ ਪੇਟ 'ਚ ਉਹ ਤਾਂ ਸਾਰੇ ਹੀ ਕਹਿੰਦੇ ਆ ਕਿ ਉਹ ਸਿਮਰਨ ਕਰ ਰਿਹਾ ਉੱਥੇ ਮਾਂ ਦੇ ਪੇਟ 'ਚ, ਗਰਭ 'ਚ ਤਾਂ ਕਰ ਹੀ ਰਿਹਾ, ਹਰ ਕੋਈ ਕਰ ਰਿਹਾ, ਪਰ ਬਾਹਰ ਆ ਕੇ ਕੋਈ ਕਰਦਾ ਨਹੀਂ। ਉਹ ਇਹ ਇਹਦੇ 'ਚ ਇਹ ਵਿਜੜੇ ਦਾ ਘੌਂਸਲਾ ਇਸ ਕਰਕੇ ਬਣਾਇਆ ਕਿ ਇਹ ਡਿਪੈਕਟ ਕਰਦਾ ਕਿ ਅਸੀਂ ਸਾਰੇ ਹੀ ਆਪਣਾ ਗਰਭ ਆਪ ਬੁਣਦੇ ਪਏ, ਹੁਣੇ ਬੁਣਦੇ ਪਏ, ਹੁਣ ਬੁਣਦੇ ਪਏ, ਆਪਣੇ ਆਪਣੇ ਕਰਮਾਂ ਕਰਨ ਨਾਲ, ਆਪਣੇ ਕਰਮਾਂ ਕਰਤੂਤਾਂ ਕਹਿ ਲਓ, ਕਰਮ ਕਹਿ ਲਓ, ਇਹਦੇ ਨਾਲ ਅਸੀਂ ਆਪਣਾ ਗਰਭ ਤਿਆਰ ਹੀ ਕਰ ਰਹੇ ਹਾਂ ਰੈਗੂਲਰ।
ਓਕੇ, ਹੁਣੇ ਤੁਹਾਡੇ ਅਸੀਂ ਕੁਝ ਟੈਕਨੀਕਸ ਦੇਖ ਲਈਆਂ ਨੇ, ਤੁਹਾਡੇ ਕੋਈ ਐਸੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਸਾਨੂੰ ਤੁਸੀਂ ਦਿਖਾਉਣਾ ਚਾਹੋਗੇ ਪੇਪਰ ਸ਼ੇਪ ਦੇ ਵਿੱਚ? ਪੇਪਰ ਸ਼ੇਪ 'ਚ ਹਾਂਜੀ ਘੱਟ ਇਹ ਸਰ ਕੁਝ ਛੋਟੀ ਛੋਟੀਆਂ ਪੇਂਟਿੰਗਾਂ ਜਿਹੜੀਆਂ ਸਾਈਡ 'ਤੇ ਬਣਾਈਆਂ, ਇਹ ਫਲਾਰ ਸ਼ੋਅ ਹੁੰਦਾ ਨਾ ਹਰ ਸਾਲ ਇੱਧਰ ਜਲੰਧਰ ਕੈਂਟ 'ਚ, ਕੈਂਟ ਹੁੰਦਾ ਓਕੇ, ਉੱਥੇ ਜਜਮੈਂਟ 'ਤੇ ਗਿਆ ਸੀ ਇੱਕ ਦਿਨ ਅਤੇ ਉੱਥੇ ਹੀ ਬਣਾਇਆ, ਕਾਫੀ ਸਾਰਾ ਫਲਾਰ ਸੀਗੇ ਸਾਹਮਣੇ ਔਰ ਕਾਫੀ ਕਰਾਊਡ, ਇਹ ਆਪਣੇ ਸ਼ਹਿਰ 'ਚ ਹੀ ਹੈ ਮਾਰਕੀਟ ਇੱਧਰ ਬਾਜ਼ਾਰ ਵੱਲ, ਇਹ ਇਹ ਵੀ ਪਠਾਨਕੋਟ ਵੱਲ ਇੱਕ ਵਾਰ ਗਏ ਸੀਗੇ ਅਤੇ ਬਹੁਤ ਸੋਹਣੀ ਟ੍ਰੀਟਮੈਂਟ ਦਿੱਤੀ ਗਈ, ਬਹੁਤ ਇਹ ਸਾਰੀ ਵਾਟਰ ਕਲਰ ਦੀਆਂ ਛੋਟੀ ਛੋਟੀਆਂ ਪੇਂਟਿੰਗਸ ਇਹ ਜਿਹੜੀਆਂ ਸਾਈਡ 'ਤੇ ਜਾ ਕੇ ਬਣੀਆਂ, ਪੀਪਲ ਦਾ ਪੇੜ ਇੱਕ ਧਰਮਸ਼ਾਲਾ ਸੀਗੀ ਉਹਦੇ ਵਿੱਚ ਪੂਜਾ ਸਥਾਨ ਬਣਾਇਆ ਲੋਕ, ਪੂਜਾ ਸਥਾਨ ਬਣਾਇਆ ਲੋਕਾਂ ਦਾ, ਵੈਰੀ ਨਾਈਸ, ਇਹ ਵੀ ਉਹ ਸੇਮ ਪੌਂਡ ਅਲੱਗ ਐਂਗਲ ਤੋਂ ਆ ਜਿਹੜਾ ਪਹਿਲਾਂ ਤੁਸੀਂ ਦੇਖਿਆ, ਕਿਆ ਬਾਤ ਹੈ, ਇਹ ਇਮੈਜੀਨੇਸ਼ਨ ਹੈ ਸਰ। ਅੱਛਾ, ਜਿਹੜੇ ਛੋਟੇ ਛੋਟੇ ਸਟੋਕਸ ਮਾਰ ਕੇ ਕਲਰਸ ਦੇ ਨਾਲ ਦੀ ਪੂਰੀ ਫਿਗਰ ਦੀ ਫਾਰਮੇਸ਼ਨ ਬਣਾਉਂਦੇ ਨੇ, ਦੈਟਸ ਬਿਊਟੀਫੁਲ, ਬਹੁਤ ਅੱਛਾ ਕੰਟਰੋਲ ਹੈ ਤੁਹਾਡਾ ਸਰ। ਇਹ ਹਿੱਲ ਏਰੀਆ ਮਨਾਲੀ, ਇਹ ਛੋਟੀ ਜਿਹੀ ਪੇਂਟਿੰਗ ਉੱਥੇ, ਇਹ ਇਮੈਜੀਨੇਸ਼ਨ ਹੈ ਸਰ। ਇਹ ਆਪਣੇ ਜਲੰਧਰ ਤੋਂ ਲੁਧਿਆਣੇ ਵੱਲ ਨੂੰ ਜਾਈਏ ਤੇ ਰਸਤੇ 'ਚ ਇੱਕ ਇੱਦਾਂ ਦਾ ਸਪੋਟ ਮਿਲ ਜਾਂਦਾ, ਸਪੋਟ ਆਉਂਦਾ। ਇਹ ਸਰ ਇਹ ਆਪਣੇ ਮਨਾਲੀ ਦੇ ਆਸ ਪਾਸ, ਇਹ ਮੈਨੂੰ ਲੱਗਿਆ ਇੱਕ ਕੋਈ ਕਬਰ ਸੀ ਇਹ ਹੁਸ਼ਿਆਰਪੁਰ ਦੇ ਕੋਲ ਹੀ, ਅਤੇ ਮੈਨੂੰ ਲੱਗਿਆ ਬੜਾ ਅੱਛਾ ਮਾਹੌਲ ਉਹਦੇ ਆਸ ਪਾਸ ਔਰ ਬਲੂ ਲਾਈਟ ਕਿਸੇ ਤਰ੍ਹਾਂ ਆ ਰਹੀ ਹੈ ਉਹਦੇ ਵਿੱਚੋਂ ਦੀ, ਮੈਨੂੰ ਲੱਗਿਆ ਸ਼ਾਇਦ ਬੰਦੇ ਨੂੰ ਹੁਣੇ ਰੈਸਟ ਮਿਲੀ ਹੈ। ਬਿਊਟੀਫੁਲ ਐਂਟਰੈਂਸ, ਇਹ ਇਹ ਬੈਕ ਸਾਈਡ ਐਕਚੁਅਲੀ ਸਰ ਸਾਡੇ ਸਕੂਲ ਦੀ, ਬਿਲਕੁਲ ਪਿਛਲਾ, ਬੜੀ ਰੋਇਲ ਲੁੱਕ ਹੈ ਸਕੂਲ ਦੀ ਤੁਹਾਡੇ, ਅੰਦਾਜ਼ਾ ਹੁੰਦਾ। ਯੈਸ, ਅੱਛਾ, ਪੂਰੀ ਨਾ ਹਾਈਟ ਐਸਟੈਬਲਿਸ਼ ਹੁੰਦੀ ਹੈ, ਫਿਰ ਤੁਸੀਂ ਹਾਈਟ 'ਤੇ ਬੈਠ ਕੇ ਡਾਊਨ ਐਂਗਲ 'ਤੇ ਕੀਤਾ ਹੈਗਾ ਜੀ, ਐਂਗਲ ਸ਼ੋਟ 'ਤੇ, ਅੱਛਾ ਜੀ 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 ਜੀ। ਇੱਥੇ ਕਿਸੇ ਵੇਲੇ ਮਨਾਲੀ ਤੋਂ ਇਹ ਹੈ ਇਮੈਜੀਨੇਸ਼ਨ ਹੈ ਇੱਥੇ, ਇਹ ਬਿਲਕੁਲ ਸਾਈਡ 'ਤੇ ਜਾ ਕੇ ਨਹੀਂ ਕੀਤਾ ਹੈਗਾ ਕੰਮ, ਪਰ ਮੇਰੀ ਇਹ ਯਾਦ ਦੇ ਵਿੱਚੋਂ ਹੀ ਨਿਕਲਿਆ ਕਿਉਂਕਿ ਇੱਥੋਂ ਇਸ ਏਰੀਏ 'ਚ ਅਸੀਂ ਗਏ ਔਰ ਇੱਥੇ ਅਸੀਂ ਕੈਂਪ ਲਗਾਇਆ ਸੀਗਾ ਇਸੇ ਜਗ੍ਹਾ 'ਤੇ, ਟੈਂਟ ਲਗਾ ਕੇ ਨਾ, ਅਤੇ 5-6 ਦਿਨ ਰਹੇ ਸੀਗੇ ਸਾਰੇ ਜਣੇ ਮਨਾਲੀ ਤੋਂ ਰੋਹਤਾਂਗ ਵੱਲ ਨੂੰ ਜਾਂਦੇ, ਰਸਤੇ 'ਚ ਇੱਕ ਜਗ੍ਹਾ ਆਉਂਦੀ ਕੋਠੀ, ਇਹ ਉਹਦੇ ਆਸ ਪਾਸ ਹੈ ਸਰ, ਕੋਠੀ ਔਰ ਕੁਲਾਬਾ ਦੇ ਨਾਲ। ਇਹ ਸਰ ਜਗ੍ਹਾ ਗੋਮੁਖ ਗੰਗੋਤਰੀ, ਮੈਨੂੰ ਇਹ ਲੱਗਦਾ ਸੀ ਕਿ ਉੱਥੇ ਜਦੋਂ ਜਾਵਾਂਗੇ ਤਾਂ ਕੋਈ ਮੰਦਿਰ ਹੋਏਗਾ, ਕੁਛ ਚਾਹ ਦੀਆਂ ਦੁਕਾਨਾਂ ਹੋਣਗੀਆਂ, ਜਾ ਕੇ ਰੈਸਟ ਹੋਏਗੀ ਥੋੜ੍ਹੀ ਦੇਰ, ਪਰ ਜਦੋਂ ਉੱਥੇ ਜਾ ਕੇ ਪਹੁੰਚੇ ਤਾਂ ਉੱਥੇ ਨਾ ਕੋਈ ਚਾਹ ਦੀ ਦੁਕਾਨ, ਨਾ ਕੋਈ ਮੰਦਿਰ, ਕੁਛ ਵੀ ਨਹੀਂ ਮਿਲਿਆ, ਬਿਲਕੁਲ ਵੀਰਾਨ ਸੀ ਔਰ ਅਸੀਂ ਫੈਮਿਲੀ ਦੇ 4 ਜਣੇ ਹੀ ਸੀਗੇ ਉੱਥੇ।
ਤੂੜੀ ਦੇ ਕੁੱਪ ਹੈ ਇੱਧਰ ਆਪਾਂ ਸੰਸਾਰਪੁਰ ਤੋਂ ਜਾਈਏ ਜੰਡਿਆਣੇ ਉੱਥੇ ਰਸਤੇ 'ਚ ਇੱਕ ਆਉਂਦਾ ਹੈ ਜਿਸ ਤਰ੍ਹਾਂ ਇਹ ਹੈ ਇਹ ਕਿੱਥੇ ਦਾ ਲੋਕੇਸ਼ਨ ਹੈਗੀ ਹੈ ਇਹ ਨਾ ਕੁਛ ਚੀਜ਼ਾਂ ਕਰਦੇ ਜਿੱਦਾਂ ਆਹ ਪਿੱਛੇ ਵਾਲੀਆਂ ਪਹਾੜੀਆਂ ਹੈਗੀਆਂ ਹੈ ਨਾ ਕੁਛ ਐਡ ਕਰ ਦਿੰਦੀਆਂ ਆਪਣੇ ਵੱਲੋਂ ਜਾਂ ਕੁਛ ਇਮੈਜੀਨੇਸ਼ਨ ਕਰਦੇ ਹਾਂ ਥੋੜ੍ਹਾ ਜਿਹਾ ਖੂਬਸੂਰਤੀ ਵਧਾਉਣ ਲਈ ਉਹਦੇ ਇਹ ਮੈਂਗਰੂਵਾਲ ਮੰਗੂਵਾਲ ਜਿਹੜਾ ਹੁਸ਼ਿਆਰਪੁਰ ਦੇ ਕੋਲ ਇਹ ਉਹਦੇ ਨਜ਼ਦੀਕ ਦੀਆਂ ਪੇਂਟਿੰਗਸ ਆ ਕੁਛ ਅੱਛਾ ਇਹ ਜਿਹੜੇ ਦਰਖਤ ਜਿਹੜੇ ਹੈਗੇ ਨੇ ਜਿਹੜੇ ਕਲ ਇਸਤੇਮਾਲ ਕੀਤੇ ਨੇ ਕੀ ਸਾਡੇ ਏਰੀਆ 'ਚ ਦਰਖਤ ਇਹ ਖੂਬਸੂਰਤ ਲਈ ਬਣਾਏ ਜੀ ਜੀ ਇਹ ਗੁਲਮੋਹਰ ਦੇ ਜਿਹੜੇ ਪੇੜ ਹੈ ਨਾ ਉਹਨਾਂ ਨੂੰ ਦਿਖਦੇ ਆ ਸਾਨੂੰ ਇੱਥੇ ਜੀ 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 ਓਕੇ ਕਿਹੜੀ ਜਗ੍ਹਾ 'ਤੇ ਇਹ ਹੁਸ਼ਿਆਰਪੁਰ ਏਰੀਆ 'ਚ ਹੈ ਪਰ ਇਹ ਇਹ ਜਿਹੜੀ ਪੇਂਟਿੰਗ ਹੈ ਇਹ ਪੋਸਟਰ ਕਲਰ ਨਾਲ ਬਣਾਈ ਗਈ ਪੋਸਟਰ ਕਲਰ ਨੂੰ ਵਾਟਰ ਕਲਰ ਟੈਕਨੀਕ ਬਹੁਤ ਸੁੰਦਰ ਇਹ ਪਠਾਨਕੋਟ ਦੀ ਹੈ ਪਠਾਨਕੋਟ ਦੇ ਆਸ ਪਾਸ ਆਮ ਤੌਰ 'ਤੇ ਨਾ ਕਿਹਾ ਜਾਂਦਾ ਕਿ ਪੰਜਾਬ ਵਿੱਚ ਆਰਟ ਬਣਾਉਣ ਦੀ ਕੋਈ ਚੀਜ਼ ਨਹੀਂ ਹੈ ਪਰ ਮੈਂ ਮਹਿਸੂਸ ਕਰਦਾ ਕਿ ਪੰਜਾਬ ਦੇ ਆਰਟਿਸਟ ਨੂੰ ਐਕਸਪੋਜ਼ਰ ਨਹੀਂ ਮਿਲਿਆ ਜੇ ਐਕਸਪੋਜ਼ਰ ਮਿਲੇ ਹੁਣ ਇਹ ਪ੍ਰੋਫੈਸ਼ਨਲ ਤੌਰ 'ਤੇ ਬਹੁਤ ਖੂਬਸੂਰਤ ਤੁਹਾਡੇ ਪ੍ਰੋਡਕਟ ਹੈਗੇ ਮੈਨੂੰ ਸਰਕਾਰੀ ਜੋ ਨੌਕਰੀ ਕਰਦਾ ਹੁੰਦਾ ਸੀ ਤਾਂ ਮੈਨੂੰ ਬੰਗਲਾਦੇਸ਼ ਜਾਣ ਦਾ ਮੌਕਾ ਮਿਲਿਆ ਉੱਥੇ ਸਾਰ ਕੰਟਰੀਜ਼ ਦੇ ਗ੍ਰਾਫਿਕ ਆਰਟਿਸਟ ਇਕੱਠੇ ਹੋਏ ਸੀ ਅਤੇ ਮੈਂ ਇੰਡੀਅਨ ਡੈਲੀਗੇਸ਼ਨ ਦਾ ਹੈੱਡ ਸੀਗਾ ਉੱਥੇ ਦੇਖਿਆ ਟੈਲੀਵਿਜ਼ਨ ਸੈਂਟਰ ਜਾ ਕੇ ਵੀ ਜਿਹੜਾ ਲਾਇਬ੍ਰੇਰੀਅਨ ਹੈ ਬੁੱਕ ਲਾਇਬ੍ਰੇਰੀਅਨ ਹੈ ਉਹ ਵੀ ਐੱਮ ਏ ਫਾਈਨ ਆਰਟਸ ਹੈ ਸ਼ਾਂਤੀ ਨਿਕੇਤਨ ਤੋਂ ਜਿਹੜਾ ਫਲੋਰ ਅਸਿਸਟੈਂਟ ਹੈ ਸੈਟਲ ਕਰਿਆ ਉਹ ਵੀ ਐੱਮ ਏ ਫਾਈਨ ਆਰਟਸ ਹੈ ਸੋ ਉਹਨਾਂ ਨੇ ਉਸ ਏਰੀਆ ਦੇ ਵਿੱਚ ਜਿੱਥੇ ਹੈਂਡੀਕ੍ਰਾਫਟ ਦਾ ਕੰਮ ਜ਼ਿਆਦਾ ਹੁੰਦਾ ਹੈ ਫੋਕਲੋਰ ਦਾ ਕੰਮ ਜ਼ਿਆਦਾ ਹੁੰਦਾ ਉੱਥੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਜ਼ਿਆਦਾ ਪ੍ਰਫੁੱਲਿਤ ਹੁੰਦੀਆਂ ਨੇ ਬਿਲਕੁਲ ਸਾਡੀ ਪ੍ਰੋਬਲਮ ਇਹ ਆਉਂਦੀ ਹੈ ਵੀ ਸਾਡੇ ਆਰਟਿਸਟ ਨੂੰ ਐਕਸਪੋਜ਼ਰ ਨਹੀਂ ਮਿਲਿਆ ਚਾਨਾ ਸਾਹਿਬ ਦਾ ਇੱਕ ਬਹੁਤ ਵੱਡਾ ਉਪਰਾਲਾ ਹੈਗਾ ਜਿਹੜਾ ਸਾਨੂੰ ਸਾਰਿਆਂ ਨੂੰ ਬਾਹਰਲੇ ਮੁਲਕਾਂ 'ਚ ਇੰਟਰੋਡਿਊਸ ਕਰਵਾ ਰਹੇ ਨੇ ਜਿਹੜੇ ਹਾਲੇ ਤੀਕਰ ਨਹੀਂ ਹੋਏ ਸੀ ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਹਾਂ ਥੈਂਕਸ ਟੂ ਚਾਨਾ ਅਤੇ ਕੋਈ ਸ਼ੱਕ ਨਹੀਂ ਇਹਦੇ ਵਿੱਚ ਪਠਾਨਕੋਟ ਦੇ ਆਸ ਪਾਸ ਪਠਾਨਕੋਟ ਤੋਂ ਅੱਗੇ ਜਾਈਏ ਨਾ ਆਪਾਂ ਤੇ ਇਹ ਵੀ ਜਿਸ ਤਰ੍ਹਾਂ ਇੱਕ ਪੌਂਡ ਉੱਥੇ ਮੈਨੂੰ ਬੜਾ ਅੱਛਾ ਲੱਗਿਆ ਕੁਛ ਕਮਲ ਦੇ ਫੁੱਲ ਵੀ ਲੱਗੇ ਹੋਏ ਸੀ ਤੇ ਬੜਾ ਘਣਾ ਜੰਗਲ ਆਸ ਪਾਸ ਉਹਦੇ ਔਰ ਕਾਈ ਜੰਮੀ ਹੋਇਆ ਨੀਚੇ ਇਸੇ ਤਰ੍ਹਾਂ ਇਹ ਵੀ ਪੇਂਟਿੰਗ ਇਹ ਇਹ ਵੀ ਸਰ ਕੁਛ ਥੋੜਾ ਜਿਹਾ ਇਹਦੇ ਕਲਰ ਜਿਹੜੇ ਹੈ ਨਾ ਕਲਰ ਜਿਹੜੇ ਪੇੜ ਦੇ ਇਹ ਆਪਣੇ ਕੋਲੋਂ ਲਗਾ ਕੇ ਐਡ ਕਰਕੇ ਤੇ ਕੀਤਾ ਇਹ ਕੁਛ ਪੇਪਰ ਦੇ ਕੇ ਗਏ ਸੀ ਕੋਈ ਕੰਪਨੀ ਵਾਲੇ ਬਹੁਤ ਵਧੀਆ ਤੇ ਉਹਨਾਂ ਤੇ ਫਿਰ ਇਹ ਵੀ ਇੱਕ ਛੋਟਾ ਜਿਹਾ ਪੁੱਲ ਨਜ਼ਰ ਆਇਆ ਪਠਾਨਕੋਟ ਦਾ ਇਹ ਇਹ ਪੇਂਟਿੰਗ ਹੈ ਜੀ ਇਹ ਗੰਗੋਤਰੀ ਓਕੇ ਇਹ ਗੰਗੋਤਰੀ ਦੀ ਪੇਂਟਿੰਗ ਹੈ ਗੰਗੋਤਰੀ ਮੈਂ ਕਾਫੀ ਦੇਰ ਪਹਿਲਾਂ ਗਿਆ ਸੀ ਤਕਰੀਬਨ 4-5 ਸਾਲ ਪਹਿਲਾਂ ਔਰ ਇਹ ਇਮੈਜੀਨੇਸ਼ਨ ਉਸ ਏਰੀਆ ਦੀ ਪੇਂਟਿੰਗ ਬਣੀ ਜੀ ਇੱਥੋਂ ਹੀ ਅੱਗੇ ਨੂੰ ਜਾ ਕੇ ਇੱਧਰ ਗੰਗੋਤਰੀ ਮੰਦਿਰ ਹੈ ਇਹ ਸੂਰਿਆਕੁੰਡ ਗੰਗੋਤਰੀ ਇਹ ਇਮੈਜੀਨੇਸ਼ਨ ਨਾਲ ਹੀ ਬਣਾਇਆ ਗਿਆ ਪਰ ਲੇਕਿਨ ਅਗਰ ਤੁਸੀਂ ਉੱਥੇ ਜਾਓਗੇ ਦੇਖੋਗੇ ਤੁਹਾਨੂੰ ਇਹੀ ਚੀਜ਼ ਮਿਲੇਗੀ ਤੁਹਾਡਾ ਜਿਹੜਾ ਇਹ ਸਟੋਨ ਦਾ ਇਫੈਕਟ ਤੁਸੀਂ ਦਿੱਤਾ ਪਾਣੀ ਗਿਰਿਆ ਫਿਰ ਤੁਹਾਨੂੰ ਮਾਊਂਟੇਨ ਦਾ ਐਜਿਸ ਦੱਸੇ ਨੇ ਇੱਧਰ ਤੁਹਾਡਾ ਬੜਾ ਖੂਬਸੂਰਤ ਮਾਹੌਲ ਜਿਹੜਾ ਹੈ ਬਣਿਆ ਐਂਡ ਡਿਸਟੈਂਸ ਹੈ ਜਿਹੜੇ ਤੁਸੀਂ ਪਹਾੜ ਦਿਖਾਤੇ ਨੇ ਪਤਾ ਨਹੀਂ ਕਿੰਨੇ ਡਿਸਟੈਂਸ ਕਿੰਨੇ ਦੂਰ ਹੋਣਗੇ ਜੋ ਵਿਜ਼ੂਅਲਾਈਜ਼ ਕੀਤਾ ਗਿਆ ਮੁੱਖ ਤੇ ਪਹਾੜ ਤੇ ਅੱਗੇ ਜਾਈਏ ਹਮਾਲੇ ਫੁਟੇਜ ਤੇ ਇਹ ਇਹ ਪੇਂਟਿੰਗ ਹੈ ਜੀ ਇਹ ਗੰਗੋਤਰੀ ਤੋਂ ਗੌਮੁਖ ਵੱਲ ਨੂੰ ਜਾਈਏ ਤੇ ਰਸਤੇ 'ਚ ਇਹ ਇੱਦਾਂ ਦੇ ਝਰਨੇ ਆਪਾਂ ਨੂੰ ਦੇਖਣ ਨੂੰ ਮਿਲਦੇ ਇਹ ਉੱਥੇ ਦਾ ਹੀ ਆ ਰਸਤਾ
ਹੈ ਯਾਤਰੀ ਜਾ ਰਹੇ ਹੈ। ਔਰ ਇਹ ਜਿਹੜੇ ਇਹਦੇ 'ਚ ਖੂਬਸੂਰਤੀ ਦਿਖਾਉਣ ਲਈ ਆ ਜਿਹੜੀ ਦੁਕਾਨ ਜਾਂ ਜੋ ਵੀ ਹੈ ਹਟਸ ਵਗੈਰਾ ਇਹ ਐਡ ਕੀਤੀਆਂ ਗਈਆਂ, ਜਦਕਿ ਉਹ ਬਿਲਕੁਲ ਵਿਰਾਨ ਏਰੀਆ ਇਹ ਇਹ ਸ਼ਿਮਲਾ ਸ਼ਿਮਲਾ ਸਕੈਂਡਲ ਪੁਆਇੰਟ ਹੈ। ਇਹਦੇ 'ਚ ਜਿੱਦਾਂ ਤੁਹਾਨੂੰ ਨਜ਼ਰ ਹੀ ਆ ਰਿਹਾ ਕਿ ਬਾਰਿਸ਼ ਪੈ ਰਹੀ ਹੈ, ਕੋਈ ਬੱਚੇ ਵੀ ਹੈ ਔਰ ਪਾਣੀ ਪਾਣੀ ਹੋਇਆ ਮਾਰਕੀਟ। ਇਹ ਇਹ ਹਾਲੇ ਪੇਂਟਿੰਗ ਬਣਾ ਰਹੇ ਹਾਂ, ਹਾਲੇ ਇਹਦੇ ਇਸ ਏਰੀਆ 'ਚ ਹੀ ਬਾਰਿਸ਼ ਪਈ ਹੈ, ਬਾਕੀ ਹਾਲੇ ਇਹ ਵੀ ਇਨਕੰਪਲੀਟ ਪੇਂਟਿੰਗ ਹੈ, ਇਹ ਹਾਲੇ ਕੰਮ ਚੱਲ ਰਿਹਾ। ਇਹ ਟੈਕਸਚਰ ਨਾਲ ਕੀਤੀ ਗਈ ਹੈ, ਜਿੱਦਾਂ ਤੁਸੀਂ ਇਹ ਹੱਥ ਲਗਾ ਕੇ ਦੇਖੋ, ਇਹ ਪੇਪਰ ਦੇ ਉੱਤੇ ਟੈਕਸਚਰ ਹੈ ਜਿਹੜਾ ਮੁਸ਼ਕਲ ਹੀ ਹੈ, ਪਰ ਇਹਨੂੰ ਕੋਸ਼ਿਸ਼ ਕੀਤੀ ਕਰਨ ਸਾਂਭਣ ਵਾਲੀ ਗੱਲ ਹੈ। ਪਰ ਇਹ ਪੇਂਟਿੰਗ 'ਚ ਪੀਪਲ ਦੀਆਂ ਜੜ੍ਹਾਂ ਔਰ ਉਹ ਸਾਰਾ ਇਹ ਸਾਰਾ ਟੈਕਸਚਰ ਹੀ ਲਗਾ ਕੇ ਅਤੇ ਇੰਟਰਸਟ ਕ੍ਰੀਏਟ ਕੀਤਾ, ਥੋੜ੍ਹੇ ਜਿਹੇ ਕਲਰ ਇੰਟਰਸਟ ਕੀਤੇ। ਜਿਹੜਾ ਇਹ ਵਾਲਾ ਪੋਰਸ਼ਨ ਹੈਗਾ ਜੀ, ਇਹ ਇਹਦਾ ਪਰਸਪੈਕਟਿਵ ਅਤੇ ਡਿਸਟੈਂਸ ਐਸਟੈਬਲਿਸ਼ ਕਰਦਾ ਕਿ ਕੁਛ ਦੂਰ ਹੈ, ਦੂਰ ਹੈ ਕੁਛ। ਇਹ ਵੀ ਜਿਸ ਤਰ੍ਹਾਂ ਉਹ ਪਿਛਲੀ ਪੇਂਟਿੰਗ ਦੇਖੀ, ਟੈਕਸਚਰ ਜ਼ਿਆਦਾ ਟੈਕਸਚਰ, ਥੋੜ੍ਹੇ ਜਿਹੇ ਕਲਰ, ਉਹਦੇ ਨਾਲ ਇਹ ਡਿਸਟੈਂਸ 3D 'ਚ ਬਣਾਉਣ ਦੀ ਕੋਸ਼ਿਸ਼ ਕੀਤੀ। ਪਿੱਛੇ ਵਾਲਾ ਇਹ ਜਿਹੜੀਆਂ ਹਿਲਸ ਹੈਗੀਆਂ ਔਰ ਇਹ ਜਿਹੜਾ ਤੁਸੀਂ ਇਹ ਮਟੀਰੀਅਲ ਇਸਤੇਮਾਲ ਕਰਦੇ ਹੋ ਜੀ, ਇਹਨੂੰ ਸੁੱਕਣ ਨੂੰ ਤਕਰੀਬਨ ਕਿੰਨਾ ਟਾਈਮ ਲੱਗਦਾ? ਇਹਦੇ ਤੁਸੀਂ ਕੀ ਕੀ ਮਿਕਸਰ ਕੀਤਾ? ਇਹਦੇ 'ਚ ਜ਼ਿੰਕ ਪਾਊਡਰ, ਫੈਵੀਕੋਲ, ਗੈਸੋ। ਗੈਸੋ ਕੀ ਹੁੰਦਾ? ਗੈਸੋ ਵੀ ਇੱਕ ਤਰ੍ਹਾਂ ਦੀ ਮਟੀਰੀਅਲ ਹੀ ਹੈ, ਟੈਕਸਚਰ ਵਾਸਤੇ ਹੀ ਆਉਂਦਾ ਹੈ। ਓਕੇ, ਇਹਨਾਂ ਨੂੰ ਮਿਲਾ ਕੇ ਅਤੇ ਟੈਕਸਚਰ ਤਾਂ ਕਿ ਜਲਦੀ ਸੁੱਕੇ, ਉਹ ਫੈਵੀਕੋਲ ਵਗੈਰਾ ਸਾਰਾ ਇਸਤੇਮਾਲ ਕਰਕੇ ਕਰੀਦਾ ਇਹਨੂੰ। ਸੋ ਜਿਹੜੀ ਇੱਕ ਆਮ ਰਾਏ ਬਣਦੀ ਹੈਗੀ ਹੈ ਲੋਕਾਂ ਦੀ ਕਿ ਮਾਡਰਨ ਆਰਟ ਜੀ, ਤੋ ਉੱਥੋਂ ਹਟ ਕੇ ਤੁਸੀਂ ਫਿਰ ਨੇਚਰ ਕੋਲ, ਫਿਰ ਲੈ ਕੇ ਆ ਰਹੇ ਹੋ ਲੋਕਾਂ ਨੂੰ ਜੀ ਜੀ, ਦੈਟਸ ਵੰਡਰਫੁਲ ਜੀ। ਸੋ ਮੈਨੂੰ ਨੇਚਰ ਨਾਲ ਬਹੁਤ ਬਹੁਤ ਜ਼ਿਆਦਾ ਜੀ, ਕਿ ਜਦੋਂ ਵੀ ਮੈਨੂੰ ਟਾਈਮ ਮਿਲਦਾ ਅਤੇ ਮੈਂ ਦੌੜਦਾ ਫਿਰ ਉੱਧਰ ਨੂੰ, ਨੇਚਰ ਵੱਲ ਨੂੰ ਜ਼ਿਆਦਾਤਰ। ਅੱਛਾ, ਇਹ ਸਾਰਾ ਕੁਛ ਜਿਹੜਾ ਕਰਦੇ ਹੋ ਤੁਸੀਂ, ਇਸ ਦੇ ਵਿੱਚ ਫੈਮਿਲੀ ਸਪੋਰਟ ਕਿੰਨੀ ਹੈ? ਫੈਮਿਲੀ ਸਪੋਰਟ 100% ਹੈ ਜੀ, ਕਮਰਾ ਪੂਰਾ ਤੋਂ ਪੂਰਾ ਮੈਨੂੰ ਦਿੱਤਾ ਹੋਇਆ ਪੂਰੀ ਫੈਮਿਲੀ ਨੇ, ਔਰ ਮੈਨੂੰ ਬਿਲਕੁਲ ਸਪੇਅਰ ਕੀਤਾ ਹੋਇਆ ਕੰਮ ਕਰਨ ਵਾਸਤੇ। ਜਦੋਂ ਵੀ ਮੈਂ ਕੰਮ ਕਰਾਂ ਮੈਨੂੰ ਕੋਈ ਥੱਲੋਂ ਆਵਾਜ਼ ਨਹੀਂ ਆਉਂਦੀ। ਦਰਸ਼ਕੋ, ਹਰ ਬੰਦਾ ਅੰਦਾਜ਼ਾ ਕਰ ਸਕਦਾ ਕਿ ਕਿਸੇ ਪੇਂਟਰ ਦਾ ਘਰ ਹੈ, ਅਤੇ ਹਰੀਸ਼ ਜੀ ਨੇ ਹੁਣੇ ਦੱਸਿਆ ਸੀਗਾ ਕਿ ਇਹਨਾਂ ਨੇ ਕੋਈ ਟਾਈਮ ਸੀਗਾ ਜਦੋਂ ਇਸੇ ਹੀ ਸੀਰੀਜ਼ ਦੇ ਵਿੱਚ ਆਪਣੇ ਘਰ ਦਾ ਫਰਨੀਚਰ ਵੀ ਡਿਜ਼ਾਇਨ ਕੀਤਾ ਸੀ। ਹਰੀਸ਼ ਜੀ ਵਾਟਰ ਕਲਰ ਕਰਦੇ ਨੇ, ਕੈਲੀਗ੍ਰਾਫੀ ਕਰਦੇ ਨੇ, ਪੇਸਟਲ 'ਚ ਕੰਮ ਕੀਤਾ ਹੈ ਇਹਨਾਂ ਨੇ, 3D ਇਫੈਕਟ ਦੇਣ ਦੇ ਲਈ ਇਹਨਾਂ ਨੇ ਕੈਨਵਸ ਵੀ ਪੇਂਟ ਕੀਤੀ ਹੈ ਅਤੇ ਸ਼ੀਟ ਵੀ ਪੇਂਟ ਕੀਤੀ ਹੈ। ਇੱਕ ਇਹਨਾਂ ਦਾ ਚਿਹਰਾ ਸਾਨੂੰ ਫਰਨੀਚਰ ਡਿਜ਼ਾਇਨਸ ਵੱਲ ਵੀ ਲੈ ਕੇ ਜਾਂਦਾ ਹੈ ਕਿ ਇਹਨਾਂ ਨੇ ਕਿੰਨੀ ਖੂਬਸੂਰਤੀ ਦੇ ਨਾਲ ਉਸਨੂੰ ਡਿਪਿਕਟ ਕੀਤਾ, ਕੋਰਨਰ ਡਿਪਿਕਟ ਕੀਤਾ। ਅਤੇ ਇੱਕ ਚਿਹਰਾ ਹੋਰ ਜਿਹੜਾ ਤੁਹਾਨੂੰ ਇਹਨਾਂ ਦੇ ਲੋਨ ਦੇ ਵਿੱਚ ਹੈਗਾ, ਅਤੇ ਹਰੀਸ਼ ਜੀ ਕੋਲੋਂ ਹੋਰ ਕੁਝ ਪੁੱਛਾਂਗੇ, ਇਹਨਾਂ ਕੋਲ ਕੋਈ ਮੈਸੇਜ ਲਵਾਂਗੇ ਅਤੇ ਉਹ ਬਾਹਰ ਚੱਲ ਕੇ। ਇੱਕ ਹੋਰ ਮੀਡੀਅਮ, ਇੱਕ ਹੋਰ ਟੈਕਨੀਕ ਹਰੀਸ਼ ਜੀ ਦੇ ਘਰ ਦੇ ਪਿਛਲੇ ਲੋਨ ਦੇ ਵਿੱਚ ਇਹਨਾਂ ਨੇ ਦੀਵਾਰ ਨੂੰ ਇੱਕ ਲੈਂਡਸਕੇਪ ਦਾ ਭਾਵ ਪੈਦਾ ਕੀਤਾ। ਇਹਦੇ 'ਚ ਪੂਰਾ ਤਣਾ ਬਜਰੀ ਦੇ ਨਾਲ ਦਰਖਤ ਨੂੰ ਦੇ ਪੱਤਿਆਂ ਨੂੰ ਦਰਸਾਇਆ। ਇਸ ਦੇ ਨਾਲ ਫਿਰ ਫਲੋਰ ਰੱਖਿਆ ਗਿਆ, ਦੂਸਰੇ ਪਾਸੇ ਕੋਰਨਰ ਦੇ ਵਿੱਚ
ਬਹੁਤ ਖੂਬਸੂਰਤੀ ਢੰਗ ਦੇ ਨਾਲ, ਬਹੁਤ ਖੂਬਸੂਰਤੀ ਨਾਲ ਸਜਾਏ ਨੇ ਪੱਤੇ ਪੱਤੇ, ਇੱਕ ਇੱਕ ਪੱਤਾ ਜੋੜਿਆ ਗਿਆ, ਨਾਲ ਹੀ ਇੱਕ ਲੌਗ ਰੱਖਿਆ ਗਿਆ ਜਿਹੜਾ ਕਿਸੇ ਜ਼ਮਾਨੇ ਦੇ ਕਿਸੇ ਵੇਲੇ ਆਪਣੀ ਜ਼ਿੰਦਗੀ ਦੇ ਵਿੱਚ ਹਰਿਆਲੀ ਨਾਲ ਭਰਿਆ ਹੋਏਗਾ। ਇਹਨਾਂ ਨੇ ਸਾਰੀ ਦੀ ਸਾਰੀ ਇਸ ਜਗ੍ਹਾ ਨੂੰ ਬਹੁਤ ਖੂਬਸੂਰਤ ਅੰਦਾਜ਼ ਵਿੱਚ ਸੰਜੋਇਆ, ਡਿਜ਼ਾਇਨ ਕੀਤਾ। ਇਨਕੰਪਲੀਟ ਹੋਣ ਦੇ ਬਾਵਜੂਦ ਵੀ ਇਸ ਕੋਰਨਰ ਨੂੰ ਦਾ ਤੁਸੀਂ ਆਨੰਦ ਮਾਣ ਸਕਦੇ ਹੋ। ਇਹ ਥੋੜ੍ਹੇ ਸਮੇਂ 'ਚ ਕੰਪਲੀਟ ਹੋਏਗਾ, ਜਦੋਂ ਪੇਂਟ ਹੋਏਗਾ, ਸੋਫਟ ਪੇਂਟਿੰਗ ਕਰਨ ਦਾ ਇਹਦਾ ਵਿਚਾਰ ਹੈਗਾ। ਅਤੇ ਹਰੀਸ਼ ਜੀ ਨੇ ਇੰਨੇ ਛੋਟੀ ਉਮਰ ਦੇ ਵਿੱਚ ਇੰਨਾ ਖੂਬਸੂਰਤ ਕੰਮ ਜਿਹੜਾ ਹੈ ਸਾਨੂੰ ਦਿਖਾਇਆ, ਮੈਨੂੰ ਇਹ ਫਖਰ ਮਹਿਸੂਸ ਕਰਦਾ ਕਿ ਸਾਡੇ ਜਲੰਧਰ ਦੇ ਵਿੱਚ, ਸਾਡੀ ਆਰਟ ਫੈਮਿਲੀ ਦੇ ਵਿੱਚ ਹਰੀਸ਼ ਵਰਗੇ ਖੂਬਸੂਰਤ, ਸਮਾਰਟ, ਗੁੱਡ ਲੁਕਿੰਗ, ਸ਼ੋਰਟ ਸਪੋਕਨ ਐਂਡ ਅੱਛਾ ਕੰਮ ਕਰਨ ਵਾਲੇ ਸੱਜਣ ਹੈਗੇ ਨੇ। ਇਸ ਦੇ ਨਾਲ ਮੈਂ ਚੰਨੀਤਾ ਕੁਲੀਆ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦਾ ਅਗਲੇ ਐਪੀਸੋਡ ਤੱਕ। ਨਮਸਕਾਰ।